ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਜਿਹਦੇ ਵਿੱਚ ਆਪਾਂ ਨੇ ਪਾਸ਼ ਅਤੇ ਸੁਰਜੀਤ ਪਾਤਰ ਵਾਲੀ ਜਿਹੜੀ ਕਿ ਪ੍ਰਸੰਗ ਸਹਿਤ ਵਿਆਖਿਆ ਆਪਾਂ ਅਪਲੋਡ ਕਰ ਚੁੱਕੇ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਸੰਤ ਰਾਮ ਉਦਾਸੀ ਅਤੇ ਜਿਹੜੇ ਕਿ ਜਸਵੰਤ ਦੀ ਅਤੇ ਨਵਤੇਜ ਭਾਰਤੀ ਵਾਲੀ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਹਾਂਜੀ, ਪਹਿਲਾਂ ਸੰਤ ਰਾਮ ਉਦਾਸੀ ਗੀਤ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰ ਨਾਲ ਪਿਆਰੀ ਨਾਲੋਂ। ਇੱਕ ਸਟੂਡੈਂਟਸ, ਜਿਹੜੀ ਇਹ ਪ੍ਰਸੰਗ ਸਹਿਤ ਵਿਆਖਿਆ ਨਾ, ਇਹਦੀ ਵਰਡਿੰਗ ਬਹੁਤ ਹੀ ਈਜ਼ੀ ਹੈ। ਤੁਸੀਂ ਆਰਾਮ ਨਾਲ ਵਿਆਖਿਆ ਤਾਂ ਆਰਾਮ ਨਾਲ ਲਿਖ ਸਕਦੇ ਹੋ। ਹਾਂ ਚਲੋ, ਪ੍ਰਸੰਗ ਦੇ ਵਿੱਚ ਇਹ ਕਨਫਿਊਜ਼ਨ ਹੋ ਜਾਂਦੀ ਹੈ ਕਿ ਤੁਹਾਨੂੰ ਕਈ ਵਾਰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਇਸਦਾ ਰਾਈਟਰ ਕੌਣ ਆ ਅਤੇ ਇਹ ਕਿਹੜੀ ਕਵਿਤਾ ਦੇ ਵਿੱਚੋਂ ਲਿਆ ਗਿਆ ਕਾਵਿ ਟੋਟਾ। ਠੀਕ ਹੈ, ਜਸਟ ਤੁਸੀਂ ਫਿਰ ਇੰਨਾ ਕੁ ਵੀ ਲਿਖ ਸਕਦੇ ਕਿ ਇਹ ਕਾਵਿ ਟੋਟਾ ਨਕਸ਼ਨਹਾਰ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਜਿਹੜੀ ਕਿ ਕਵਿਤਾ ਦੇ ਵਿੱਚੋਂ ਲਿਆ ਗਿਆ ਅਤੇ ਇਸ ਦੇ ਵਿੱਚ ਕੀ ਕਿਹਾ ਗਿਆ ਪਤਾ ਲੱਗੇ ਜਾਂਦਾ ਆਪਾਂ ਨੂੰ। ਫਿਰ ਵਿਆਖਿਆ ਦੇ ਵਿੱਚ ਉਸੇ ਲਾਈਨਾਂ ਨੂੰ ਥੋੜ੍ਹਾ ਜਿਹਾ ਬਸ ਆਪਣੇ ਵਰਡਿੰਗ ਦੇ ਵਿੱਚ ਚੇਂਜ ਕਰਕੇ ਤੁਸੀਂ ਲਿਖ ਦੇਣਾ। ਵੈਸੇ ਇਹ ਸੋਚਣਾ ਕਿ ਕੋਈ ਸੌਂਗ ਹੈ, ਇਹ ਸੌਂਗ ਤੁਸੀਂ ਆਪਣੀ ਵਰਡਿੰਗ ਦੇ ਵਿੱਚ ਡਿਸਕ੍ਰਾਈਬ ਕਰਨਾ। ਠੀਕ ਹੈ, ਹਾਂਜੀ, ਵਿਆਖਿਆ ਦੇ ਵਿੱਚ ਹੈ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ। ਦੇਸ਼ ਤੋਂ ਪਿਆਰੇ ਇਹਦੇ ਲੋਕ ਖਾਣੀਆਂ, ਅਸਾਂ ਤੋੜ ਦੇਣੀ ਲਹੂ ਪੀਣੀਆਂ ਜੋ ਖਾਣੀਆਂ। ਹਾਂਜੀ, ਇਹਦੇ ਵਿੱਚ ਕਵੀ ਕੀ ਕਹਿ ਰਹੇ ਆ ਪ੍ਰਸੰਗ ਦੇ ਵਿੱਚ, ਪਹਿਲਾਂ ਤੁਸੀਂ ਲਿਖੋਗੇ ਕਿ ਕਵੀ ਨੇ ਦੇਸ਼ ਪਿਆਰ ਤੋਂ ਇਲਾਵਾ ਇੱਥੋਂ ਦੇ ਜਿਹੜੇ ਸਰਮਾਏਦਾਰ ਨੇ ਜਾਗੀਰਦਾਰੀ ਲੁੱਟ ਖਸੁੱਟ ਨੂੰ ਖਤਮ ਕਰਨ ਦੇ ਲਈ ਭਾਵ ਪ੍ਰਗਟ ਕਰੇ ਨੇ। ਤਾਂ ਕਵੀ ਕਹਿੰਦਾ ਹੈ ਕਿ ਸਾਨੂੰ ਆਪਣੇ ਦੇਸ਼, ਠੀਕ ਹੈ, ਵੀ ਸਾਨੂੰ ਆਪਣਾ ਦੇਸ਼ ਆ, ਆਪਣੀ ਜ਼ਿੰਦਗੀ, ਆਪਣੀ ਪਿਆਰੀ ਜ਼ਿੰਦਗੀ ਨਾਲੋਂ ਵੀ ਪਿਆਰਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ, ਮਤਲਬ ਕਿ ਸਾਨੂੰ ਜਿਹੜਾ ਦੇਸ਼ ਆ ਆਪਣੀ ਜ਼ਿੰਦਗੀ ਜਿਹੜੀ ਸਾਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਹੁੰਦੀ ਹੈ ਵੀ ਉਹਦੇ ਨਾਲੋਂ ਵੀ ਪਿਆਰਾ। ਦੇਸ਼ ਤੋਂ ਪਿਆਰੇ ਤਾਂ ਲੋਕ ਖਾਣੇ, ਕਹਿੰਦਾ ਸਾਨੂੰ ਆਪਣੇ ਦੇਸ਼ ਦੇ ਨਾਲੋਂ ਵੀ ਵੱਧ ਪਿਆਰੇ ਨੇ ਇੱਥੋਂ ਦੇ ਲੋਕ। ਅਸੀਂ ਲੋਕਾਂ ਦੇ ਪਿੰਡੇ ਨੂੰ ਚਿੰਬੜੇ ਸ਼ਰਮਾਏਦਾਰੀਆਂ ਜਿਹੜੀਆਂ ਜੋਕਾਂ ਨੇ, ਠੀਕ ਹੈ, ਲਹੂ ਪੀਣੀਆਂ ਜੋਕਾਂ ਨੇ, ਉਹਨਾਂ ਨੂੰ ਤੋੜ ਦੇਣਾ। ਠੀਕ ਹੈ, ਇਸ ਤਰ੍ਹਾਂ ਕਿਸੇ ਨੂੰ ਮਜ਼ਦੂਰ ਕਿਸਾਨ ਜਮਾਤ ਦਾ ਲਹੂ ਜਿਹੜੇ ਕਿ ਨਹੀਂ ਪੀਂਦਾ, ਮਤਲਬ ਕਿ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਕਿਸੇ ਦਾ ਵੀ ਲਹੂ ਪੀਣ ਨਹੀਂ ਦੇਣਾ। ਨੈਕਸਟ ਹੈ ਸਾਡੀਆਂ ਪੈਲੀਆਂ ਦਾ ਨੂਰ, ਨੂਰ ਹੋ ਗਿਆ ਜਿਹੜੇ ਕਿ ਚਾਨਣ, ਚੜ੍ਹੇ ਵੇਖ ਸਰੂਰ, ਸਰੂਰ ਹੋ ਗਿਆ ਮਸਤੀ, ਤੋੜ ਦਿਆਂਗੇ ਗਰੂਰ, ਗਰੂਰ ਹੋ ਗਿਆ ਹੰਕਾਰ, ਤੇਰਾ ਜ਼ੋਰ ਵਿਹਲੜਾ, ਹੁਣ ਚੱਲਣਾ ਨਹੀਂ ਤੇਰਾ ਕੋਈ ਜ਼ੋਰ ਵਿਹਲੜਾ। ਹਾਂਜੀ, ਕਵੀ ਕਹਿੰਦਾ ਕਿ ਸਾਡੇ ਦੇਸ਼ ਦੀਆਂ ਪੈਲੀਆਂ ਫਸਲਾਂ ਦੇ ਨੂਰ ਦੇ ਨਾਲ ਹਰੀਆਂ ਭਰੀਆਂ ਨੇ ਅਤੇ ਜਿਨ੍ਹਾਂ ਨੂੰ ਦੇਖ ਕੇ ਬਹੁਤ ਮਸਤੀ ਚੜ੍ਹਦੀ ਹੈ, ਅਤੇ ਪਰ ਜਿਹੜੇ ਵਿਹਲੜ ਜ਼ਿਮੀਂਦਾਰ ਅਤੇ ਸ਼ਾਹੂਕਾਰ ਕਿਸਾਨਾਂ ਨਾਲ ਧੱਕਾ ਕਰ ਰਹੇ ਨੇ, ਉਹਨਾਂ ਦੀ ਮਿਹਨਤ ਨੂੰ ਲੁੱਟ ਰਹੇ ਨੇ, ਅਸੀਂ ਹੁਣ ਉਹਨਾਂ ਦਾ ਹੰਕਾਰ ਤੋੜ ਦੇਵਾਂਗੇ। ਠੀਕ ਹੈ, ਹੁਣ ਉਹਨਾਂ ਦਾ ਧੱਕਾ ਜ਼ੋਰ ਕੋਈ ਨਹੀਂ ਚੱਲਣਾ। ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ, ਜ਼ਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ। ਹਾਂਜੀ, ਕਵੀ ਕਹਿੰਦਾ ਕਿ ਜਦੋਂ ਕਿਰਤੀ ਕਿਸਾਨ ਸ਼ੇਰ ਰੂਪੀ ਮੈਦਾਨ ਦੇ ਵਿੱਚ ਗੱਜਣਗੇ ਤਾਂ ਕਾਇਰ ਜਿਹੜੇ ਸ਼ਰਮਾਏਦਾਰ ਨੇ, ਜਾਗੀਰਦਾਰ ਨੇ, ਸ਼ਾਹੂਕਾਰ ਨੇ, ਸਾਰੇ ਭੱਜ ਜਾਣਗੇ, ਜਿਹਦੇ ਨਾਲ ਕਿਰਤੀ ਕਿਸਾਨ ਮੁੜ ਖੁਸ਼ਹਾਲ ਹੋ ਜਾਣਗੇ। ਅਤੇ ਕਿਰਤੀ ਕਿਸਾਨਾਂ ਨੂੰ ਸੰਬੋਧਨ ਕਰਦਾ ਹੋਇਆ ਉਹ ਕਹਿੰਦਾ ਹੈ ਕਿ ਉਹ ਆਪਣੇ ਹੱਕ ਪ੍ਰਾਪਤ ਕਰਨ ਲਈ ਜ਼ਰਾ ਇਕੱਠੇ ਹੋ ਕੇ ਹੰਭਲਾ ਮਾਰਨਗੇ। ਠੀਕ ਹੈ, ਹੱਲਾ ਮਾਰਨਾ ਮਤਲਬ ਕਿ ਹੰਭਲਾ ਮਾਰਨਾ। ਅੱਗੇ ਹੈ, ਨੈਕਸਟ ਹੈ, ਬਣ ਕੇ ਘਟਾਵਾਂ ਅਸੀਂ ਧਰਤੀ 'ਤੇ ਵਸਣਾ, ਧੋਵਾਂਗੇ ਗੁਬਾਰ ਜਿਹੜੇ ਵਿੱਚ ਪਾਉਣ ਦੇ, ਸਿਰ ਵੱਢਣੇ ਨੇ 20ਵੀਂ ਸਦੀ ਦੇ ਰੌਣ ਦੇ। ਠੀਕ ਹੈ, ਰੌਣ ਕੀ ਹੋ ਗਿਆ, ਰਾਵਣ। ਤਾਂ ਕਵੀ ਕਹਿੰਦਾ ਕਿ ਅੱਜ ਕਿਰਤੀ ਕਿਸਾਨ ਹਿੱਕਾਂ ਠੋਕ ਕੇ ਕਹਿ ਰਹੇ ਨੇ ਕਿ ਉਹ ਧਰਤੀ ਉੱਪਰ ਜਿਹੜੇ ਬੱਦਲਾਂ ਵਾਂਗ ਘਟਾਵਾਂ ਬਣ ਕੇ ਵਰਨਗੇ। ਠੀਕ ਹੈ, ਮਤਲਬ ਕਿ ਬੱਦਲ ਵਰਨਗੇ ਅਤੇ
ਜਿਵੇਂ ਸਰਮਾਏਦਾਰ ਹੋ ਗਏ, ਠੇਕੇਦਾਰ ਹੋ ਗਏ, ਠੀਕ ਹੈ, ਜਿਨ੍ਹਾਂ ਦਾ ਧੂੰਆਂ ਘੁੰਬਾਰ ਹੈ ਉਹਨੂੰ ਧੋ ਸੁੱਟਣਗੇ, ਉਹ ਧੋ ਸੁੱਟਣਗੇ ਅਤੇ ਉਹ ਸਮੁੱਚੇ ਵਾਤਾਵਰਨ ਲੁੱਟ ਖਸੁੱਟ ਤੋਂ ਸਾਫ਼ ਕਰਨ ਲਈ 20ਵੀਂ ਸਦੀ ਦਾ ਜਿਹੜਾ ਰਾਵਣ ਹੈ ਜਿਹਨੇ ਇਹ ਸਾਰੀ ਚੀਜ਼ ਕਰ ਰੱਖੀ ਉਹਦਾ ਅੰਤ ਕਰ ਦੇਣਗੇ। ਅੱਗੇ ਹੈ, ਵਿਹਲੜਾਂ ਨੇ ਮਾਣਿਆ ਸਵਾਹ ਦੇ ਆਜ਼ਾਦੀਆਂ ਦਾ, ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਹੈ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਹੈ। ਕਵੀ ਕਹਿੰਦਾ ਸਾਡੇ ਦੇਸ਼ ਦੇ ਵਿੱਚ ਜਿਹੜੇ ਵਿਹਲੜ ਸ਼ਰਮਾਏਦਾਰ ਨੇ, ਜਗੀਰਦਾਰ ਨੇ, ਸ਼ਾਹੂਕਾਰਾਂ ਨੇ ਆਜ਼ਾਦੀ ਦਾ ਸਵਾਦ, ਠੀਕ ਹੈ, ਆਜ਼ਾਦੀ ਦਾ ਬਹੁਤ ਮਜ਼ਾ ਲੈ ਲਿਆ, ਪਰ ਕਿਰਤੀ ਕਿਸਾਨਾਂ ਦੀ ਜਾਨ ਦੁੱਖਾਂ ਭੁੱਖਾਂ ਕਾਰਨ ਲੀਰੋ ਲੀਰ ਹੋ ਰਹੀ ਹੈ। ਕਵੀ ਕਹਿ ਰਿਹਾ ਹੈ ਕਿ ਜ਼ਾਲਮ ਜਗੀਰਦਾਰ ਨੂੰ ਸੰਬੋਧਨ ਕਰਦਾ ਕੀ ਕਹਿੰਦਾ ਕਿ ਹੁਣ ਉਹਨਾਂ ਦੇ ਜ਼ੁਲਮਾਂ ਦਾ ਅੰਤ ਆ ਗਿਆ, ਠੀਕ ਹੈ, ਵੀ ਹੁਣ ਤੁਹਾਡੇ ਜ਼ੁਲਮਾਂ ਦਾ ਅਖੀਰ ਆ ਗਿਆ, ਹੁਣ ਤੁਹਾਤੋਂ ਜਿਹੜੀ ਕਿ ਸਾਰੇ ਹੱਕ ਲੈ ਲੈਣੇ ਨੇ। ਸੁਣ ਲਵੋ ਕਾਗੋ, ਕਾਗੋ ਕੀ ਹੋ ਗਿਆ, ਕਾਮੋ, ਅਸੀਂ ਕਰ ਦੇਣਾ ਤੁਹਾਨੂੰ, ਤੁਹਾਨੂੰ ਹੋ ਗਿਆ ਤੁਹਾਨੂੰ, ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲੇ ਹੋ, ਕੋਹਣ ਹੋ ਗਿਆ ਮਾਰਨ ਵਾਲੇ, ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਹਣ ਵਾਲੇ ਹੋ। ਤਾਂ ਕਵੀ ਕਹਿ ਰਿਹਾ ਕਿਰਤੀ ਕਿਸਾਨ ਰੂਪੀ ਘੁੱਗੀਆਂ ਦੇ ਬੱਚਿਆਂ ਨੂੰ ਵੀ ਮਾਰਨ ਵਾਲੇ ਅਤੇ ਉਹਨਾਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚੋਂ ਰੋਟੀ ਖੋਹਣ ਵਾਲੇ ਜਗੀਰਦਾਰਾਂ ਸ਼ਰਮਾਏਦਾਰਾਂ ਨੂੰ ਕਹਿ ਰਹੇ ਆ ਕਿ ਉਹਨਾਂ ਦੇ ਵਾਂਗ ਜਿਹੜੇ ਕਾਵਾਂ ਨੂੰ ਉਹ ਕਹਿੰਦੇ ਆ ਕਿ ਹੁਣ ਲੋਕਾਂ ਦੀ ਤਾਕਤ ਨੇ ਉਹਨਾਂ ਦੀ ਲੁੱਟ ਖਸੁੱਟ ਦਾ ਅੰਤ ਕਰ ਦੇਣਾ। ਅਤੇ ਅੱਗੇ ਜਿਹੜਾ ਕਿ ਸੰਤ ਰਾਮਦਾਸ ਜੀ ਦਾ ਦੇਸ਼ ਪਿਆਰ ਹੈ ਸਾਨੂੰ, ਇਹਦਾ ਕੇਂਦਰੀ ਭਾਵ ਵਿਸ਼ਾ ਵਸਤੂ ਬਿਲਕੁਲ ਈਜ਼ੀ ਹੈ, ਥੀਮ ਵੀ ਕਰ ਦਿੰਦੇ ਇਹਨੂੰ। ਅੱਗੇ ਹੈ ਅੰਮੜੀ ਨੂੰ ਤਰਲਾ, ਜੰਮਾ ਨਹੀਂ ਮਾਏ ਸਾਨੂੰ ਇਹੋ ਜਿਹੇ ਪਿੰਡ, ਜਿੱਥੇ ਸਾਦਰਾਂ ਦੇ ਸੰਗਲ ਰਹੇ, ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁੱਕ, ਚੱਪਾ ਕੀ ਹੋ ਗਿਆ, ਹੱਥ ਦੀਆਂ ਚਾਰ ਉਂਗਲਾਂ ਜਿਨ੍ਹਾਂ ਦਾ ਮਾਪ ਹੁੰਦਾ ਰੋਟੀ ਦਾ ਚੌਥਾ ਹਿੱਸਾ, ਟੁੱਕ ਮੁੱਲ ਨਾ ਪਾਵੇ ਜਿਹੜੇ ਪਿੰਡ ਲਾਵਾਂ ਦੀ ਅੱਖੀਆਂ ਚੌਥਰੂ ਅਤੇ ਸਹੁਰਿਆਂ ਦੀ ਅੱਖਾਂ ਵਿੱਚ ਅੱਗ ਨਹੀਂ, ਜੰਮਦੀਆਂ ਕੁੜੀਆਂ ਨੂੰ ਰੋਗ ਜਿੱਥੇ ਦਾਸਦਾ ਹੈ, ਜਾਂਦਾ ਅਠਰਾਹੇ ਵਾਂਗੂ ਲੱਗ ਨਹੀਂ, ਅਠਰਾਹ ਹੋ ਗਿਆ ਵੀ ਜਿਵੇਂ ਵੀ ਬੱਚੇ ਦੇ ਹੁੰਦਾ ਵੀ 8ਵੇਂ ਮਹੀਨੇ ਦੇ ਵਿੱਚ ਕੋਈ ਬਿਮਾਰੀ ਲੱਗ ਜਾਣਾ, ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ ਥਾਵੀਂ ਕੰਨੀ ਭੁੱਖਿਆਂ ਦਾ ਹੁੱਕਾ ਹੀ ਪਵੇ, ਜੰਮੀ ਨਾ ਨਹੀਂ ਮਾਏ। ਤਾਂ ਇਹਦੇ ਵਿੱਚ ਇੱਕ ਤਾਂ ਪਹਿਲਾਂ ਦੱਸਣਾ ਕਿ ਇਹ ਕਵਿਤਾ ਜਿਹੜੀ ਕਿ ਅੰਮੜੀ ਨੂੰ ਤਰਲਾ ਦੇ ਵਿੱਚੋਂ ਲਿਆ ਗਿਆ ਕਾਵਿ ਟੋਟਾ ਇਹ, ਠੀਕ ਹੈ, ਅਤੇ ਇਹ ਇੱਕ ਗੀਤ ਹੈ, ਇਹਦੇ ਵਿੱਚ ਕਵੀ ਨੇ ਧੀ ਦੇ ਮੂੰਹੋਂ ਇੱਕ ਗੀਤ ਰੂਪੀ ਕਵਿਤਾ ਕਹਾਈ ਹੈ ਵੀ ਧੀ ਆਪਣੀ ਮਾਂ ਨੂੰ ਕਹਿ ਰਹੀ ਹੈ, ਆਪਣੀ ਮਾਂ ਦੇ ਅੱਗੇ ਤਰਲਾ ਕਰ ਰਹੀ ਹੈ ਕਿ ਆਪਣੇ ਦੇਸ਼ ਦੇ ਸਮਾਜਿਕ ਆਰਥਿਕ ਪ੍ਰਬੰਧ ਦੇ ਵਿੱਚ ਧੀਆਂ ਦੇ ਦੁੱਖਾਂ, ਸ਼ਾਹੂਕਾਰਾਂ ਦੀ ਅਮੀਰਾਂ ਦੀ ਲੁੱਟ ਖਸੁੱਟ, ਜ਼ਬਰ ਜ਼ੁਲਮ, ਧੱਕੇਸ਼ਾਹੀ ਦੇ ਵਰਤਾਰੇ ਦੇ ਵਿੱਚ ਗਰੀਬ ਕਿਰਤੀ ਲੋਕਾਂ ਦੀ ਦੁਰਦਸ਼ਾ ਭਰੀ ਹਾਲਤ ਹੈ, ਠੀਕ ਹੈ, ਅਤੇ ਉਹਨਾਂ ਦੀ ਹਾਲਤ ਨੂੰ ਬਿਆਨ ਕਰਦੇ ਹੋ, ਕ੍ਰਾਂਤੀਕਾਰੀ ਭਾਵ ਪ੍ਰਗਟ ਕਰੇ ਨੇ। ਤਾਂ ਵਿਆਖਿਆ ਦੇ ਵਿੱਚ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਉਸਨੂੰ ਇਹੋ ਜਿਹੇ ਪਿੰਡ ਦੇ ਵਿੱਚ ਨਾ ਜੰਮੇ ਜਿੱਥੇ ਮਨ ਦੀਆਂ ਸਦਰਾਂ ਹੋ ਗਈਆਂ ਉਹ ਚਾਹ, ਠੀਕ ਹੈ, ਇਸ਼ਾਵਾਂ ਨੂੰ ਬੰਨ ਕੇ ਰੱਖਿਆ ਜਾਵੇ, ਸੰਗਲ ਪਾ ਕੇ ਮਤਲਬ ਕਿ ਬੰਨ ਕੇ ਰੱਖਿਆ ਜਾਵੇ, ਜਿੱਥੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁੱਕ ਮੁੱਲ ਨਾ ਪਵੇ। ਤਾਂ ਕਵੀ ਕਹਿ ਰਿਹਾ ਵੀ ਜਿੱਥੇ ਉਹਦੇ ਵੀਰ ਨੂੰ ਸਖ਼ਤ ਮਿਹਨਤ ਕਰਕੇ ਤੱਤਾ ਪਸੀਨਾ ਵਹਾਉਣ ਦੇ ਬਾਵਜੂਦ ਵੀ ਬਦਲੇ ਦੇ ਵਿੱਚ ਚੱਪਾ ਭਰ ਰੋਟੀ ਖਾਣ ਨੂੰ ਨਾ ਮਿਲੇ, ਜਿੱਥੇ ਵਿਆਹ ਦੀਆਂ ਲਾਵਾਂ ਲੈਣ ਵਾਲੀਆਂ ਮੁਟਿਆਰਿਆਂ ਦੇ ਅੱਖਾਂ ਵਿੱਚੋਂ ਅੱਥਰੂ ਹੋਣ, ਜਿੱਥੇ ਸਿਹਰੇ ਬੰਨਣ ਵਾਲੇ ਲਾੜਿਆਂ ਦੀਆਂ ਅੱਖਾਂ ਵਿੱਚੋਂ ਸ਼ਾਹੂਕਾਰ ਦੇ ਕਰਜ਼ੇ ਕਾਰਨ ਗੁੱਸੇ ਦੀ ਅੱਗ ਭਖਦੀ ਹੋਵੇ, ਜਿੱਥੇ ਜੰਮਦੀਆਂ ਕੁੜੀਆਂ ਨੂੰ ਅਠਰਾਹ ਦੀ ਬਿਮਾਰੀ ਕਾਰਨ ਦਾਜ ਦਾ ਰੋਗ ਲੱਗ ਜਾਵੇ, ਜਿੱਥੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦੇ ਕੰਨਾਂ ਵਿੱਚ ਸੋਨੇ ਦੇ ਬੂੰਦੇ ਪੈਣ ਦੀ ਥਾਂ ਭੁੱਖਿਆਂ ਦੇ ਹੋਕੇ ਪੈਣ। ਧੀ ਮਾਂ ਨੂੰ ਕਹਿੰਦੇ ਕਿ ਉਹ ਅਜਿਹੇ ਪਿੰਡ ਦੇ ਵਿੱਚ ਜੰਮਣਾ ਨਹੀਂ ਚਾਹੁੰਦੀ। ਨੈਕਸਟ ਹੈ ਅੱਗੇ
ਹੱਕਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ ਅਕਲਾਂ ਨੂੰ ਪੈ ਗਿਆ ਹੈ ਜੰਗ ਨਹੀਂ, ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿੱਚੋਂ ਟੁੱਟੀ ਜਾਪੇ, ਉਹ ਜਿਹੜੀ ਰੁਲਦੀ ਹੈ ਵੰਗ ਨਹੀਂ, ਪਿੰਡਾਂ ਵਿੱਚੋਂ ਚੋਗੀ ਕੀ ਹੋ ਗਿਆ, ਕਪਾਹ ਚੁਗਣ ਵਾਲੀ ਤੀਵੀਂ, ਦਾਨੀ ਨਰਮੇ ਦੇ ਫੁੱਟ ਜਹਾਂ ਖਿੜਕੇ ਵੀ ਰੋਂਦਿਆਂ ਰਵੇ, ਜੰਮੀ ਨਾ ਨੀ ਮਾਏ। ਤਾਂ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਉਹਨੂੰ ਪਿੰਡ ਦੇ ਵਿੱਚ ਜਨਮ ਨਾ ਦੇਵੇ ਜਿੱਥੇ ਆਮ ਲੋਕਾਂ ਦੇ ਹੱਕਾਂ ਦੇ ਪੈਰਾਂ ਨੂੰ ਪਹਾੜ ਚਿੰਬੜ ਜਾਂਦੇ ਨੇ, ਜਿੱਥੇ ਉਹਨਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਜਾਂਦੀ, ਜਿੱਥੇ ਲੋਕਾਂ ਦੀ ਅਕਲਾਂ ਨੂੰ ਜੰਗਾਲ ਲੱਗ ਜਾਂਦੇ, ਜਿੱਥੇ ਕਿਸੇ ਦੀ ਟੁੱਟ ਪਈ ਵੰਗ ਇਸ ਗੱਲ ਦਾ ਸਬੂਤ ਹੋਵੇ ਕਿ ਇੱਥੇ ਕਿਸੇ ਖੂਨ ਗੁਜ਼ਾਰ ਦੇਣ ਉੱਤੇ ਤੁਲੇ ਜਾਬਰ ਦੇ ਹੱਥਾਂ ਨੇ ਉਹਨਾਂ ਨਾਲ ਜ਼ਬਰਦਸਤੀ ਕੀਤੀ ਹੈ, ਅਤੇ ਜਿੱਥੇ ਕਿਸੇ ਕਪਾਹ ਚੁਗਣ ਵਾਲੀ ਚੋਗੀ ਦੇ ਨਰਮੇ ਦੇ ਫੁੱਟ ਵਰਗਾ ਪਿੰਡਾਂ ਖਿੜਕੇ ਵੀ ਰੋਂਦਾ ਰਹਿੰਦਾ ਹੋਵੇ, ਅਤੇ ਧੀ ਮਾਂ ਨੂੰ ਕਹਿੰਦੀ ਹੈ ਕਿ ਉਹ ਅਜਿਹੇ ਪਿੰਡ ਦੇ ਵਿੱਚ ਜੰਮਣਾ ਨਹੀਂ ਚਾਹੁੰਦੇ। ਅੱਗੇ ਲਾਲ ਫੀਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿੱਚ, ਬਹੀ ਕੀ ਹੋ ਗਿਆ, ਸ਼ਾਹੂਕਾਰਾਂ ਦੀ ਜਿਹੜੀ ਦੁਕਾਨ ਦਾ ਹਿਸਾਬ ਕਿਤਾਬ ਰੱਖਣ ਵਾਲੀ ਮੋਟੀ ਜਿਹੀ ਕਿਤਾਬ ਹੁੰਦੀ ਆ। ਕੈਦ ਸਾਡੇ ਹੱਕਾਂ ਦੀ ਇਹ ਅਗਨੀ, ਰਾਠਾਂ, ਰਾਠ ਕੀ ਹੋ ਗਏ, ਸਰਦਾਰ, ਰਾਠਾਂ ਦੀਆਂ ਕਿੱਲਾਂ ਵਾਲੇ ਬੂਟੇ ਦੇ ਨਹੀਂ ਠੁੱਡੇ ਖਾ ਕੇ, ਪਾਟੀ ਮੇਰੇ ਬਾਪੂ ਦੀ ਇਹ ਪੱਗ ਨਹੀਂ, ਰੋਜੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੋਕਾ ਆਖੇ, ਅਬਲਾ ਹੋ ਗਿਆ ਕਮਜ਼ੋਰ ਇਸਤਰੀ, ਕੋਈ ਸਾਡੀ ਚਾਨਣੀ ਲਵੇ, ਜੰਮੀ ਨਾ ਨਹੀਂ ਮਾਏ। ਹਾਂਜੀ, ਧੀ ਆਪਣੀ ਮਦਰ ਨੂੰ ਕਹਿੰਦੀ ਕਿ ਉਹਨੂੰ ਪਿੰਡ ਦੇ ਵਿੱਚ ਜਨਮ ਨਾ ਦੇਵੇ ਜਿੱਥੇ ਕਿਸੇ ਸ਼ਾਹੂਕਾਰ ਦੀ ਲਾਲ ਫਿੱਤੇ ਵਾਲੀ ਮੋਟੀ ਸਾਰੀ ਬਹੀ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਅੱਗ ਕੈਦ ਰਹਿੰਦੀ ਹੈ, ਇੱਥੇ ਜਿੱਥੇ ਉਸਦੇ ਬਾਪੂ ਦੀ ਪੱਗ ਜਗੀਰਦਾਰਾਂ ਦੇ ਕਿੱਲਾਂ ਵਾਲੇ ਬੂਟਾਂ ਦੇ ਠੁੱਡੇ ਖਾ ਕੇ ਪਾਟੀ ਪਈ ਹੈ, ਜਿੱਥੇ ਰੋਟੀ ਤੋਂ ਨਿਰਾਸ਼ ਕਿਸੇ ਅਬਲਾ ਇਸਤਰੀ ਨੂੰ ਆਪਣੀ ਸੋਹਣੀ ਜਵਾਨੀ ਵੇਚਣ ਦਾ ਹੋਕਾ ਦੇਣਾ ਪੈਂਦਾ। ਧੀ ਮਾਂ ਨੂੰ ਕਹਿੰਦੀ ਹੈ ਕਿ ਉਸ ਨੂੰ ਅਜਿਹੇ ਜਬਰ ਜ਼ੁਲਮ ਅਤੇ ਬੇਪੱਤੀ ਨਾਲ ਭਰੇ ਪਿੰਡ ਦੇ ਵਿੱਚ ਜਨਮ ਨਾ ਦੇਵੇ। ਰੋਟੀ ਲੈਣ ਗਿਆ ਵੀਰ ਪੁੰਝਦਾ ਏ ਆਉਂਦਾ ਮਾਏ, ਮੱਥੇ ਉੱਤੇ ਡਾਂਗਾਂ ਦਾ ਲਹੂ, ਰਾਠਾਂ ਦੀ ਹਵੇਲੀਆਂ ਵਿੱਚ ਖੁੱਸਿਆ ਸਰੀਰ ਲੈ ਕੇ, ਖੁੱਸਿਆ ਕੀ ਹੋ ਗਿਆ, ਖੋਇਆ, ਮੁੜੀ ਮੇਰੇ ਵੀਰ ਦੀ ਬਹੂ, ਪੱਥਰਾਂ ਨੂੰ ਤੋੜੇ ਬਿਨਾਂ ਅੱਗ ਦਾ ਇਜਾਦ, ਇਜਾਦ ਹੋ ਗਈ ਮੁਕਤ, ਕਿਹੜਾ ਭੋਲੇ ਬਾਪੂ ਨੂੰ ਕਵੇ। ਹਾਂਜੀ, ਧੀ ਆਪਣੀ ਮਾਂ ਨੂੰ ਕਹਿੰਦੀ ਕਿ ਉਹਨੂੰ ਉਸ ਪਿੰਡ ਦੇ ਵਿੱਚ ਜਨਮ ਨਾ ਦੇਵੇ ਜਿੱਥੇ ਕਿਸੇ ਰੋਜੀ ਰੋਟੀ ਖਾਤਰ ਮਿਹਨਤ ਮਜ਼ਦੂਰੀ ਕਰਨ ਗਿਆ ਉਹਦਾ ਵੀਰ ਕਿਸੇ ਜਗੀਰਦਾਰ ਦੇ ਗੁੰਡਿਆਂ ਤੋਂ ਸੱਟਾਂ ਖਾ ਕੇ, ਡਾਂਗਾਂ ਖਾ ਕੇ, ਮੱਥੇ ਦੇ ਜ਼ਖਮ ਹੋ ਕੇ ਲਹੂ ਪੁੰਝਦਾ ਆਵੇ, ਅਤੇ ਜਿੱਥੇ ਰਾਠਾਂ ਦੀ ਹਵੇਲੀ ਵਿੱਚ ਉਹਦੇ ਵੀਰ ਦੀ ਪਤਨੀ ਦਾ ਜਬਰ ਪਨਾਹ, ਠੀਕ ਹੈ, ਖੁੱਸਿਆ ਸਰੀਰ, ਮਤਲਬ ਕਿ ਰਾਠਾਂ ਦੀ ਹਵੇਲੀ ਦੇ ਵਿੱਚ ਉਹਦੀ ਜਿਹੜੀ ਕਿ ਵੀਰ ਦੀ ਘਰਵਾਲੀ ਦੀ ਇੱਜ਼ਤ ਖਰਾਬ ਹੋਈ ਵੀ ਹੋਵੇ, ਠੀਕ ਹੈ, ਅਤੇ ਉਹ ਫਿਰ ਘਰ ਵਾਪਸ ਪਰਤੇ, ਜਿੱਥੇ ਭੋਲੇ ਬਾਪੂ ਨੂੰ ਕੋਈ ਇਹ ਸਮਝਾਉਣ ਵਾਲਾ ਨਾ ਹੋਵੇ। ਕਿ ਪੱਥਰਾਂ ਨੂੰ ਤੋੜੇ ਬਿਨਾਂ ਕ੍ਰਾਂਤੀ ਦੀ ਅੱਗ ਬਾਹਰ ਨਹੀਂ ਨਿਕਲ ਸਕਦੀ, ਅਤੇ ਧੀ ਆਪਣੀ ਮਾਂ ਨੂੰ ਕਹਿੰਦੀ ਕਿ ਉਹਨੂੰ ਅਜਿਹੇ ਪਿੰਡ ਦੇ ਵਿੱਚ ਜਨਮ ਨਾ ਦੇਵੇ ਜਿੱਥੇ ਸਾਦਰਾਂ ਨੂੰ ਸੰਗਲ ਪਾਇਆ ਹੋਵੇ, ਮਤਲਬ ਕਿ ਜਿੱਥੇ ਇਛਾਵਾਂ ਨੂੰ ਬੰਨਿਆ ਜਾਵੇ। ਹਾਂਜੀ, ਅੱਗੇ ਇਹ ਕਵਿਤਾ ਦਾ ਸਾਰ ਵਿਸ਼ਾ ਵਸਤੂ ਥੀਮ ਇੱਕੋ ਕੱਲ ਹੋਊਗੀ, 2012 ਦੇ ਵਿੱਚ ਆਇਆ ਹੋਇਆ। ਅੱਗੇ ਹੈ ਚੂੜੀਆਂ ਦਾ ਹੋਕਾ, 2023 ਦੇ ਵਿੱਚ ਆਇਆ ਹੋਇਆ। ਹਾਂਜੀ, ਸਾਡੇ ਬੀਹੀ ਦੇ ਵਿੱਚ ਚੂੜੀਆਂ ਦਾ ਹੋਕਾ, ਦਹੀਂ ਨਾ ਵੀਰਾ ਬਣ ਜਾ ਰਿਹਾ, ਸਾਡੇ ਪਿੰਡਾਂ 'ਚ ਤਾਂ ਸਾਉਣ 'ਚ ਵੀ ਸੋਕਾ, ਸੋਕਾ ਵੇ ਵੀਰ ਬਣ ਜਾ ਰਿਹਾ। ਹਾਂਜੀ, ਇਹਦੇ ਵਿੱਚ ਇਹ ਵੀ ਇੱਕ ਗੀਤ ਹੈ ਚੂੜੀਆਂ ਦਾ ਹੋਕਾ, ਇਹਦੇ ਵਿੱਚ ਕਵੀ ਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਅਤੇ ਅਨਿਆਏ ਕਾਰਨ, ਮਰਦਾਂ ਦੀਆਂ ਮੌਤਾਂ ਹੋਣ ਦੇ ਕਾਰਨ, ਇਸਤਰੀਆਂ ਦੇ ਦੁੱਖਾਂ ਅਤੇ ਅਮੀਰ ਘਰਾਂ ਦੀਆਂ ਇਸਤਰੀਆਂ ਦੇ ਮੌਜਾਂ ਮਾਣਨਾ, ਠੀਕ ਹੈ, ਦਾ ਜ਼ਿਕਰ ਕਰਦੇ ਹਾਂ, ਇਨਕਲਾਬੀ ਰਾਹ ਅਪਣਾਉਣ ਲਈ ਕਿਹਾ ਗਿਆ, ਅਤੇ ਇੱਕ ਗੀਤ ਇੱਕ ਮੁਟਿਆਰ ਵੱਲੋਂ ਬਣਜਾਰੇ ਨੂੰ ਸੰਬੋਧਿਤ ਆ। ਵਿਆਖਿਆ ਦੇ ਵਿੱਚ
ਹਾਂਜੀ, ਇੱਕ ਮੁਟਿਆਰ ਵਣਜਾਰੇ ਨੂੰ ਕਹਿੰਦੇ ਕਿ ਉਹਨਾਂ ਦੀ ਗਲੀ ਦੇ ਵਿੱਚ ਚੂੜੀਆਂ ਦਾ ਹੋਕਾ ਨਾ ਦਿਆ ਕਰੇ, ਠੀਕ ਹੈ, ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਗਰੀਬਾਂ ਦੀ ਹਾਲਤ ਕਦੇ ਵੀ ਨਹੀਂ ਸੁਧਰਦੀ, ਠੀਕ ਹੈ, ਜਿੱਥੇ ਤਾਂ ਸਾਉਣ ਮਹੀਨੇ ਦੇ ਵਿੱਚ ਵੀ ਸੋਕਾ ਪਿਆ ਰਹਿੰਦਾ। ਅੱਗੇ ਦੇਹਲੀਆਂ 'ਚ ਬੈਠੀ, ਦੇਹਲੀ ਕੀ ਹੋ ਗਈ, ਦੇਹਲੀ ਹੁੰਦੀ ਆ ਮਤਲਬ ਕਿ ਅੰਦਰ ਬਾਹਰ ਜਾਣ ਵਾਲੀ ਜਿਹੜੀ ਜਗ੍ਹਾ ਹੁੰਦੀ ਆ ਦਰਵਾਜ਼ੇ ਦੇ ਵਿੱਚ, ਬੈਠੀ ਮੇਰੀ ਵੀਰ ਦੀ ਮਕਾਨ ਵੇ, ਆਈਆਂ ਕੁੜਮੱਤਾਂ ਮੇਰੀ ਭਾਬੀ ਨੂੰ ਵਰਾਣ ਵੇ, ਜਿਹਦੇ ਚਾਵਾਂ ਦਾ ਵੀ ਹੋ ਗਿਆ ਇਹ ਟੋਕਾ। ਟੋਕਾ ਕੀ ਹੋ ਗਿਆ, ਕੁਤਰਾ ਕੁਤਰਾ ਟੁਕੜੇ ਟੁਕੜੇ ਕੁੜਮਣਾ ਹੋ ਗਿਆ ਉਹਦੇ ਸਹੁਰਿਆਂ ਤੋਂ, ਠੀਕ ਹੈ। ਹਾਂਜੀ, ਤਾਂ ਇਹਦੇ ਵਿੱਚ ਕਵੀ ਕਹਿ ਰਿਹਾ ਕਿ ਮੁਟਿਆਰ ਵਣਜਾਰੇ ਨੂੰ ਆਪਣੀ ਗਲੀ ਦੇ ਵਿੱਚ ਚੂੜੀਆਂ ਦਾ ਹੋਕਾ ਦੇਣ ਤੋਂ ਰੋਕਦੀ ਹੈ। ਉਹ ਕਹਿੰਦੀ ਹੈ ਕਿ ਉਹਨਾਂ ਦੀ ਗਲੀ ਦੇ ਵਿੱਚ ਚੂੜੀਆਂ ਦਾ ਹੋਕਾ ਨਾ ਦੇ ਕੇ ਆਵੇ, ਕਿਉਂਕਿ ਉਹਨਾਂ ਦਾ ਵੀਰ ਸ਼ਾਹੂਕਾਰਾਂ ਅਤੇ ਜਾਗੀਰਦਾਰਾਂ ਲੁੱਟ ਸੁੱਟ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ, ਅਤੇ ਘਰ ਦੇ ਦਰਵਾਜ਼ਿਆਂ ਦੇ ਵਿੱਚ ਅੰਦਰ ਬਾਹਰ ਉਹਦੀ ਮਕਾਨ ਆਈ ਬੈਠੀ ਹੋਈ ਹੈ, ਅਤੇ ਵੀਰ ਦੇ ਸਹੁਰਿਆਂ ਦੇ ਇਸਤਰੀ ਦੀ ਭਰਜਾਈ ਦੇ ਉਹਦੇ ਵਿਧਵਾ ਹੋਣ ਕਰਕੇ ਸਾਰੇ ਚਾਵਾਂ ਮਲਾਰਿਆਂ ਦੇ, ਜਿਹੜੇ ਕਿ ਕੁਤਰਾ ਹੋ ਗਿਆ, ਟੋਕਾ ਹੋ ਗਿਆ, ਅਤੇ ਉਹਨੂੰ ਰੋਂਦੀ ਨੂੰ ਚੁੱਪ ਕਰਾਉਣ ਦੇ ਲਈ ਦਰਵਾਸ ਦੇਣ ਲਈ ਆਈਆਂ ਹੋਈਆਂ ਨੇ, ਇਸ ਕਰਕੇ ਉਹਨਾਂ ਦੀ ਗਲੀ ਦੇ ਵਿੱਚ ਚੂੜੀਆਂ ਦਾ ਹੋਕਾ ਨਾ ਦੇਵੇ। ਨੈਕਸਟ ਹੈ ਅੱਗੇ, ਹਾਂਜੀ, ਤੀਆਂ ਦਾ ਤਿਉਹਾਰ ਭਾਈਆਂ ਸਿਰ 'ਤੇ ਮਨਾਈਦਾ, ਐਵੇਂ ਸਭ ਤੋਂ ਵੰਗਾਂ ਕੋਲੋਂ ਗੁੱਟ ਨਹੀਂ ਬਣਾਈ ਦਾ, ਤੂੰ ਕੀ ਜਾਣਦਾ ਇਹ ਭਲੇ ਆਵੇ ਲੋਕਾਂ ਲੋਕਾਂ ਵੇ ਵੀਰਾ ਬਣ ਜਾ ਰਿਹਾ। ਹਾਂਜੀ, ਤਾਂ ਇਹਦੇ ਵਿੱਚ ਮੁਟਿਆਰ ਕਹਿੰਦੀ ਹੈ ਕਿ ਉਹਨੂੰ ਉਹ ਉਹਨਾਂ ਦੀ ਗਲੀ ਦੇ ਵਿੱਚ ਚੂੜੀਆਂ ਦਾ ਹੋਕਾ ਨਾ ਦੇਵੇ, ਕਿਉਂਕਿ ਉਸਦਾ ਭਰਾ ਉੱਥੇ ਮਰ ਚੁੱਕਾ ਹੈ, ਅਤੇ ਅੰਦਰ ਬਾਹਰ ਮਕਾਨ ਬੈਠੀ ਹੈ, ਅਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਚੂੜੀਆਂ ਪਾ ਕੇ ਤੀਆਂ ਦਾ ਤਿਉਹਾਰ ਭਰਾਵਾਂ ਦੇ ਸਿਰ 'ਤੇ ਮਨਾਇਆ ਜਾਂਦਾ, ਜਦ ਉਸਦਾ ਭਰਾ ਹੀ ਨਹੀਂ ਰਿਹਾ ਤਾਂ ਐਵੇਂ ਵੰਗਾਂ ਆਪਣਾ ਗੁੱਟ ਨਹੀਂ ਛਿਲਵਾ ਸਕਦੀ, ਠੀਕ ਹੈ, ਵੰਗਾਂ ਤੋਂ ਆਪਣਾ ਗੁੱਟ ਨਹੀਂ ਛਿਲਵਾ ਸਕਦੀ, ਪਰ ਉਹ ਇਹ ਗੱਲ ਜਾਣਦਾ ਨਹੀਂ ਲੱਗਦਾ। ਰਾਠਾਂ, ਰਾਠ ਕੀ ਹੋ ਗਏ, ਅਮੀਰ ਜਾਗੀਰ ਸ਼ਾਹੂਕਾਰ, ਰਾਠਾਂ ਦੀ ਨੂੰ ਰੋਜ਼ ਰੱਤਾਂ ਚੂੜਾ ਛਨਕਾ ਕੇ ਵੇ, ਜਾਣ ਜਾਣ ਲੰਘੇ ਸਾਡੀ ਬੀਹੀ ਨੂੰ ਚੜਾ ਕੇ ਵੇ, ਲੱਥੇ ਉਹਦਾ ਵੀ ਸੁਹਾਗ ਦਾ ਵੇ ਕੋਕਾ ਕੋਕਾ ਵੇ ਵੀਰਾ ਬਣ ਜਾ ਰਿਹਾ। ਤਾਂ ਇੱਕ ਮੁਟਿਆਰ ਬਣਜਾਰੇ ਨੂੰ ਕਹਿੰਦੇ ਕਿ ਉਹਨਾਂ ਦੀ ਗਲੀ ਦੇ ਵਿੱਚ ਚੂੜੀਆਂ ਦਾ ਹੋਕਾ ਨਾ ਦੇ ਕੇ ਜਾਵੇ, ਕਿਉਂਕਿ ਉਹਨਾਂ ਦੀ ਗਲੀ ਦੇ ਵਿੱਚ ਤਾਂ ਉਹਦੇ ਵੀਰ ਦੀ ਡੈਥ ਹੋ ਗਈ ਹੈ, ਅਤੇ ਉਹ ਕਹਿ ਰਹੇ ਕਿ ਵੀ ਰੱਤਾ ਚੂੜਾ ਲੈ ਗਿਆ, ਅਤੇ ਉੱਧਰ ਜਿਹੜੀ ਸ਼ਾਹੂਕਾਰਾਂ ਦੀ ਸਰਦਾਰਾਂ ਦੀ ਨੂੰਹ ਉਹ ਹਰ ਰੋਜ਼ ਗਲੀ ਦੇ ਵਿੱਚੋਂ ਆਪਣਾ ਚੂੜਾ ਛਨਕਾ ਕੇ ਲੰਘਦੀ ਹੈ, ਉਹਨਾਂ ਨੂੰ ਚੜਾਉਂਦੀ ਹੈ, ਅਤੇ ਉਹ ਕਹਿਣਾ ਚਾਹੁੰਦੀ ਹੈ ਕਿ ਉਹ ਸਰਦਾਰਾਂ ਦੀ ਨੂੰਹ ਵੀ ਵਿਧਵਾ ਹੋਵੇ ਅਤੇ ਉਹਦਾ ਸੁਹਾਗ ਦਾ ਚੂੜਾ ਵੀ ਲੱਥੇ ਕੋਕਾ ਵੀ ਲੱਥੇ। ਫਿਰ ਸਾਡੇ ਪਿੰਡਾਂ 'ਚੋਂ ਨਿਰਾਸ਼ ਨਾ ਤੂੰ ਜਾਏਂਗਾ, ਚੂੜੀਆਂ ਦੇ ਨਾਲ ਜਦੋਂ ਚਾਕੂ ਵੀ ਲਿਆਏਗਾ, ਅਸੀਂ ਪਾੜਨ ਕਾਨੂੰਨਾਂ ਕਾਨੂੰਨ ਦਾ ਵੇ ਖੋਖਾ ਖੋਖਾ ਵੇ ਵੀਰਾ ਬਣ ਜਾ ਰਿਹਾ। ਹਾਂਜੀ, ਤਾਂ ਇਹਦੇ ਵਿੱਚ ਇੱਕ ਮੁਟਿਆਰ ਕਹਿ ਰਹੀ ਹੈ ਕਿ ਚੂੜੀਆਂ ਦਾ ਹੋਕਾ ਨਾ ਲਿਆਵੇ, ਠੀਕ ਹੈ, ਜੇ ਉਹ ਲੈ ਕੇ ਆਵੇ ਚੂੜੀਆਂ ਦਾ ਹੋਕਾ, ਅਤੇ ਨਾਲ ਨਾਲ ਚੂੜੀਆਂ ਦੇ ਨਾਲ ਜ਼ਾਲਮ ਰਾਠਾਂ ਦੀ ਰਾਖੀ ਕਰਨ ਵਾਲੇ ਕਾਨੂੰਨਾਂ ਦਾ ਖੋਖਾ ਜਿਹਨਾਂ ਉਹਨਾਂ ਨੇ ਤੋੜਨਾ, ਠੀਕ ਹੈ, ਪਾੜਨਾ, ਠੀਕ ਹੈ, ਤਾਂ ਉਹ ਚਾਕੂ ਵੀ ਲੈ ਕੇ ਆਵੇ, ਠੀਕ ਹੈ, ਉਹਦੇ ਖੋਖੇ ਨਾਲ ਮਤਲਬ ਕਿ ਉਹਨਾਂ ਦਾ ਖੋਖਾ ਉਹ ਪਾੜ ਦੇਣਗੀਆਂ, ਤਾਂ ਫਿਰ ਉਹਨੂੰ ਕੋਈ ਨਿਰਾਸ਼ ਨਹੀਂ ਜਾਣਾ ਪਊਗਾ, ਉਹ ਉਸ ਤੋਂ ਖਰੀਦ ਲੈਣਗੀਆਂ, ਠੀਕ ਹੈ। ਨੈਕਸਟ, ਵਾਰਸਾਂ ਦੇ ਨਾਂ, ਸਾਡਾ ਅੰਮੀਓ ਜ਼ਰਾ ਨਾ ਕਰੋ ਝੋਰਾ, ਝੋਰਾ ਕੀ ਹੋ ਗਿਆ, ਫਿਕਰ ਗਮ, ਸਾਨੂੰ ਜ਼ਿੰਦਗੀ ਸੁਰਖਰੂ ਕਰਨ ਦੇ, ਉਹ ਸੁਰਖਰੂ ਕੀ ਹੋ ਗਿਆ, ਸੁਰਖ ਚਿਹਰੇ ਵਾਲਾ, ਆਤਮਿਕ ਆਨੰਦ, ਅਸੀਂ ਜੰਮੇ ਹਾਂ ਹੋਕੇ ਦੀ ਲਾਟ ਵਿੱਚੋਂ, ਸਾਨੂੰ ਸੇਕ ਜੁਦਾਈ ਦਾ ਜਨਮ ਦੇਵੋ, ਜੁਦਾਈ ਹੋ ਗਿਆ ਵਿਛੋੜਾ। ਹਾਂਜੀ, ਤਾਂ ਇਹ ਵੀ ਇੱਕ ਗੀਤ, ਇਹ ਵੀ ਇੱਕ ਜਾਗੀਰਦਾਰੀ ਸ਼ਰਮਾਏਦਾਰੀ ਸਰਦਾਰਾਂ ਦੇ ਵਿਰੁੱਧ ਜੂਝ ਰਹੇ ਇੱਕ ਕ੍ਰਾਂਤੀਕਾਰੀ ਨੇ ਆਪਣੇ ਮਾਤਾ ਪਿਤਾ ਦੇ ਅੱਗੇ ਆਪਣੇ ਭਾਵ ਪ੍ਰਗਟ ਕੀਤੇ ਨੇ,
ਤਾਂ ਇਹਨਾਂ ਦੇ ਵਿੱਚੋਂ ਆਪਣੀ ਮਾਤਾ ਨੂੰ ਅਤੇ ਆਪਣੇ ਬਾਪੂ ਨੂੰ ਸੰਬੋਧਨ ਕਰਦਾ, ਠੀਕ ਹੈ, ਅਤੇ ਇਹ ਜਿਹੜਾ ਕਾਵਾ ਬਣਦਾ ਇਹ ਮਾਤਾ ਨੂੰ ਸੰਬੋਧਨ। ਤਾਂ ਕ੍ਰਾਂਤੀਕਾਰੀ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਉਹ ਉਸਦੇ ਅਤੇ ਉਸਦੇ ਸਾਥੀਆਂ ਦਾ ਜ਼ਰਾ ਵੀ ਪਰਵਾਹ ਨਾ ਕਰੇ, ਠੀਕ ਹੈ, ਅਤੇ ਉਹ ਸਾਡਾ ਝੋਰਾ ਨਾ ਕਰੇ, ਸਾਡੇ ਗਮ ਸਾਡਾ ਫਿਕਰ ਨਾ ਕਰੇ, ਉਹ ਉਹਨਾਂ ਨੂੰ ਆਪਣੀ ਜ਼ਿੰਦਗੀ ਸਫਲ ਕਰਨ ਦੇ, ਉਹ ਤਾਂ ਪੈਂਦੇ ਹੀ ਹੋਕੇ ਦੀ ਲਾਠ ਅਰਥਾਤ ਦੁੱਖਾਂ ਭਰੀ ਜ਼ਿੰਦਗੀ ਦੇ ਵਿੱਚ ਜਿਉਂਦੇ ਨੇ, ਅਤੇ ਇਸ ਕਰਕੇ ਉਹਨਾਂ ਨੂੰ ਘਰਦਿਆਂ ਤੋਂ ਵਿਛੋੜੇ ਦਾ ਦੁੱਖ ਖੁਸ਼ੀ ਨਾਲ ਸਹਿਣ ਦੇਣ। ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ ਜਿਉਂਦੀ ਮਾਰਿਓ ਨਾ ਸਾਡੀ ਆਪ ਮਾਤਾ, ਆਪ ਕੀ ਹੋ ਗਿਆ ਸ਼ੋਭਾ, ਵਰਜ ਹੋ ਗਿਆ ਰੋਕ ਕੇ। ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ ਹਾੜੇ ਬਣਿਓ ਨਾ ਕਿਤੇ ਪੰਜਾਬ ਮਾਤਾ। ਤਾਂ ਕ੍ਰਾਂਤੀਕਾਰੀ ਆਪਣੀ ਮਾਂ ਨੂੰ ਕਹਿੰਦਾ ਕਿ ਉਹ ਅਤੇ ਉਸਦਾ ਅਤੇ ਉਸਦੇ ਸਾਥੀਆਂ ਦੀ ਕੋਈ ਫਿਕਰ ਨਾ ਕਰੇ, ਉਹਨਾਂ ਦੇ ਭਰਾਵਾਂ ਨੂੰ ਉਹਨਾਂ ਦੇ ਰਾਹ ਉੱਤੇ ਤੁਰਨ ਤੋਂ ਨਾ ਰੋਕੇ, ਠੀਕ ਹੈ, ਅਤੇ ਘਰਾਂ ਅੰਦਰ ਵਰਜ ਕੇ ਨਾ ਰੱਖਣ, ਅਤੇ ਇਸ ਤਰ੍ਹਾਂ ਕਰਨ ਨਾਲ ਉਹ ਉਹਨਾਂ ਦੀ ਜਿਉਂਦੀ ਸ਼ੋਭਾ ਨੂੰ ਖਤਮ ਨਾ ਕਰਨ, ਠੀਕ ਹੈ, ਮਤਲਬ ਕਿ ਫਿਰ ਤਾਂ ਉਹਨਾਂ ਦੀ ਆਪ ਖਤਮ ਹੋ ਜੂਗੀ ਜੇ ਉਹਨਾਂ ਨੂੰ ਘਰਾਂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ। ਅਤੇ ਉਹ ਅਤੇ ਉਸ ਵਰਗੇ ਹੋਰ ਮਾਵਾਂ ਭਗਤ ਸਿੰਘ ਦੀ ਮਾਤਾ ਭਾਵੇਂ ਬਣ ਜਾਣ ਪਰ ਤਰਲੇ ਕਰਨ ਵਾਲੀ, ਠੀਕ ਹੈ, ਸਰਕਾਰ ਕੋਲੋਂ ਕੋਈ ਖਿਤਾਬ ਨਾ ਪ੍ਰਾਪਤ ਕਰਨ ਵਾਲੀ ਮਾਤਾ ਨਾ ਬਣਨ। ਅੱਗੇ ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ, ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ, ਤਿਪ ਤਿਪ ਜਵਾਨੀ ਨੂੰ ਡੋਲ ਕੇ ਵੀ ਹੌਲੀ ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ ਹੌਲੀ। ਕ੍ਰਾਂਤੀਕਾਰੀ ਆਪਣੇ ਬਾਪੂ ਨੂੰ ਕਹਿੰਦਾ ਕਿ ਉਹ ਉਹਨਾਂ ਦੇ ਸਿਰਾਂ ਉੱਤੇ ਵਿਸ਼ਵਾਸ ਰੱਖੇ, ਨਿਸ਼ਚਾ ਕਿ ਮਤਲਬ ਕਿ ਵਿਸ਼ਵਾਸ, ਠੀਕ ਹੈ, ਭਰੋਸਾ, ਉਹ ਅਤੇ ਉਸਦੇ ਸਾਥੀ ਉਹਦੀ ਪਿੱਠ ਨੰਗੀ ਨਹੀਂ ਹੋਣ ਦੇਣਗੇ, ਅਤੇ ਉਹ ਆਪਣੇ ਲਹੂ ਦੀ ਇੱਕ ਬੂੰਦ ਡੋਲ ਕੇ ਗਰੀਬੀ ਅਤੇ ਜ਼ੁਲਮ ਦੇ ਹੱਥੋਂ ਪੈਦਾ ਹੋਈ ਜਿਹੜੀ ਗਮਾਂ ਦੀ ਪੰਡ ਆ ਉਹਨੂੰ ਹਲਕੀ ਕਰਨਗੇ, ਭਾਵ ਕਿ ਉਹਨਾਂ ਦੇ ਦੁੱਖਾਂ ਨੂੰ ਘਟਾਉਣਗੇ। ਅਸੀਂ ਸੜਕ 'ਤੇ ਡਾਂਗਾਂ ਦੀ ਅੱਗ ਸੇਕੀ ਐ ਪਰ ਹੱਕਾਂ ਨੂੰ ਠੰਡ ਲਵਾਈ ਤਾਂ ਨਹੀਂ, ਸਾਡਾ ਕਾਤਲ ਹੀ ਕੱਚਾ ਨਿਸ਼ਾਨ ਸੀ, ਅਸੀਂ ਗੋਲੀ ਤਾਂ ਕੰਢ ਭੰਬਾਈ ਤਾਂ ਨਹੀਂ, ਕੰਢ ਭੰਬਾਈ ਮਤਲਬ ਕਿ ਪਿੱਠ ਦਿਖਾਈ। ਤਾਂ ਕਵੀ ਕਹਿ ਰਿਹਾ, ਕ੍ਰਾਂਤੀਕਾਰੀ ਕਹਿ ਰਿਹਾ ਹੈ ਕਿ ਆਪਣੇ ਫਾਦਰ ਨੂੰ ਸੰਬੋਧਨ ਕਰਦਾ ਹੋਇਆ ਪਿਤਾ ਨੂੰ ਕਿ ਉਸਨੇ ਅਤੇ ਉਹਦੇ ਸਾਥੀਆਂ ਨੇ ਆਪਣੇ ਹੱਕਾਂ ਲਈ ਮੁਜ਼ਾਹਰੇ ਕਰਦਿਆਂ ਸੜਕਾਂ ਉੱਤੇ ਡਾਂਗਾ ਖਾਧੀਆਂ ਨੇ, ਭਾਵ ਕਿ ਪ੍ਰਚਾਰ ਕਰਦੇ ਹੋਏ ਹੜਤਾਲਾਂ ਕਰਦੇ ਹੋਏ, ਠੀਕ ਹੈ, ਡਾਂਗਾ ਖਾਧੀਆਂ ਨੇ, ਪਰ ਉਹਨਾਂ ਦੇ ਹੱਕਾਂ ਦੀ ਮੰਗ ਠੰਡੀ ਨਹੀਂ ਪੈਣ ਦਿੱਤੀ ਉਹਨਾਂ ਨੇ, ਅਤੇ ਇਸੇ ਉਦੇਸ਼ ਦੇ ਲਈ ਭਾਵੇਂ ਉਹਨਾਂ ਨੂੰ ਗੋਲੀਆਂ ਖਾਣੀਆਂ ਵੀ ਪਈਆਂ ਪਰ ਪਿੱਠ ਨਹੀਂ ਦਿਖਾਈ, ਪਰ ਉਹਨਾਂ ਨੂੰ ਮਾਰਨ ਦੇ ਚਾਹਵਾਨ ਹੀ ਕੱਚੇ ਨਿਸ਼ਾਨ ਸੀ ਜੋ ਉਹਨਾਂ ਨੂੰ ਮਾਰ ਨਾ ਸਕੇ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਚਾਰ ਬਾਪੂ, ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਬੀ ਹੈ ਸਾਡੀ ਕਤਾਰ ਬਾਪੂ। ਤਾਂ ਕ੍ਰਾਂਤੀਕਾਰੀ ਆਪਣੇ ਪਿਤਾ ਨੂੰ ਸੰਬੋਧਨ ਕਰਦਾ ਹੋਇਆ ਕਹਿ ਰਿਹਾ ਕਿ ਉਹਨਾਂ ਦੇ ਕਾਤਲਾਂ ਨੂੰ ਐਵੇਂ ਭਰਮ ਭੁਲੇਖਾ ਪਿਆ ਹੋਇਆ ਕਿ ਉਹ ਦੋ ਚਾਰ ਜਣੇ ਹੀ ਨੇ ਅਤੇ ਉਹ ਦੋ ਚਾਰਾਂ ਨੂੰ ਮਾਰਨ ਮਗਰੋਂ ਸਭ ਕੁਝ ਖਤਮ ਹੋ ਜਾਊਗਾ, ਠੀਕ ਹੋ ਜਾਊਗਾ। ਕਹਿੰਦਾ ਨਹੀਂ, ਉਹਨਾਂ ਦੀ ਇਹ ਗਲਤ ਫਹਿਮੀ ਆ, ਠੀਕ ਹੈ, ਕਿਉਂਕਿ ਉਹਨਾਂ ਦੀ ਕਤਾਰ ਤਾਂ ਇੰਨੀ ਲੰਬੀ ਹੈ ਕਿ ਉਹਨਾਂ ਤੋਂ ਬਦਲੇ ਲੈ ਲੈ ਕੇ ਵੀ ਉਹ ਖਤਮ ਨਹੀਂ ਹੋਣੀ। ਸਾਡੇ ਹੱਕਾਂ ਦੀ ਮੱਕੀ ਹੈ ਕੋਈ ਚਾਬੂ, ਚਾਬੂ ਕੀ ਹੋ ਗਿਆ ਚੱਬਣ ਯੋਗ, ਵਿਹਲੜ ਵੱਗ, ਵੱਗ ਕੀ ਹੋ ਗਿਆ ਪਸ਼ੂਆਂ ਦਾ ਇਕੱਠ, ਨਾ ਖੇਤ ਵਿੱਚ ਵੜਨ ਦੇਣਾ, ਨਰਮ ਧੋ ਦੋ ਦੋਧਿਆਂ ਦੋਧੇ ਕੀ ਹੋ ਗਏ ਪੱਕਣ ਤੋਂ ਪਹਿਲਾਂ ਨਰਮ ਨਰਮ ਜੇ ਕੱਚੇ ਦਾਣੇ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟ ਦਾ ਤਾਪ ਨਹੀਂ ਚੜ੍ਹਨ ਦੇਣਾ। ਤਾਂ ਕਵੀ ਆਪਣੇ ਬਾਪੂ ਨੂੰ ਸੰਬੋਧਨ ਕਰਦਾ ਕਹਿੰਦਾ ਕਿ ਉਹਨਾਂ ਦੇ ਹੱਕਾਂ ਦੀ ਮੱਕੀ ਆ ਜਿਹੜੀ ਉਹ ਚੱਬਣ ਯੋਗ ਹੋ ਗਈ ਹੈ, ਅਤੇ ਹੁਣ ਜਾਗੀਰਦਾਰਾਂ ਸ਼ਾਹੂਕਾਰ ਜਿਹੜੇ ਵਿਹਲੜ ਨੇ, ਜਿਹੜਾ ਵਿਹਲੜ ਬਾਗ ਆ, ਜਿਹੜਾ ਵਿਹਲੜਾਂ ਦਾ ਇਕੱਠ ਹੈ, ਉਹਨੂੰ ਇਹ ਹੜੱਪਣ ਕਰਨ ਲਈ ਖੇਤਾਂ ਦੇ ਅੰਦਰ ਨਹੀਂ ਆਉਣ ਦੇਣਗੇ। ਅਸੀਂ ਛੱਲੀਆਂ ਦੇ ਨਰਮ ਦੁੱਧ ਦੇ ਦਾਣਿਆਂ ਦੇ ਸੂਹੇ ਪਿੰਡੇ ਨੂੰ ਲੁੱਟ ਦਾ ਤਾਪ ਨਹੀਂ ਚੜ੍ਹਨ ਦੇਣਗੇ, ਹਰ ਹਿੱਲੇ ਲੁਟੇਰਿਆਂ ਤੋਂ ਉਹਨਾਂ ਦੀ ਰਾਖੀ ਕਰਨਗੇ।
ਅਤੇ ਅੱਗੇ ਵਾਰਸਾਂ ਦੇ ਨਾਲ ਜਿਹੜੇ ਕਿ ਇਹਦਾ ਸਾਰ ਹੋ ਗਿਆ ਆਪਾਂ ਕਰਵਾ ਚੁੱਕੇ ਹਾਂ ਪਹਿਲਾਂ। ਨੈਕਸਟ ਹੈਗਾ ਸੀਰੀ ਅਤੇ ਜੱਟ ਦੀ ਸਾਂਝੀ ਵਿੱਥਿਆ। ਹਾਂਜੀ ਇਹਦੇ ਵਿੱਚ ਇਹ ਵੀ ਇੱਕ ਗੀਤ ਹੈ, ਠੀਕ ਹੈ, ਸੰਤਰਾਂ ਮਦਾਸ ਦੇ ਮਤਲਬ ਕਿ ਗੀਤ ਰੂਪੀ ਕਵਿਤਾਵਾਂ ਨੇ। ਇਹਦੇ ਵਿੱਚ ਵੀ ਕਵੀ ਨੇ ਜੁਝਾਰ ਵਿਦਰੋਹੀ ਭਾਵ ਪ੍ਰਗਟ ਕਰੇ ਨੇ ਕਿ ਸਾਰਾ ਸਾਲ ਖੇਤਾਂ ਵਿੱਚ ਹੱਡ ਭੰਨ ਕੇ ਮਿਹਨਤ ਕਰਨ ਵਾਲੇ ਜੱਟ, ਛੋਟੇ ਕਿਸਾਨ ਅਤੇ ਉਹਨਾਂ ਦੇ ਸੀਰੀ ਦੀ ਗਰੀਬੀ ਅਤੇ ਕੰਗਾਲੀ ਭਰੀ ਜ਼ਿੰਦਗੀ ਨੂੰ ਬਿਆਨ ਕਰਿਆ ਅਤੇ ਨਾਲ ਹੀ ਸਭ ਕੁਛ ਬਦਲ ਕੇ ਰੱਖ ਦੇਣ ਲਈ ਕ੍ਰਾਂਤੀ ਦੀ ਗੱਲ ਕੀਤੀ ਆ। ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ, ਸੀਰੀ ਕੀ ਹੋ ਗਿਆ ਜਿਹੜਾ ਉਹਦੀ ਹੈਲਪ ਕਰਦਾ ਖੇਤ ਦੇ ਵਿੱਚ, ਸਾਂਝੀ ਭਾਈਵਾਲ ਹੁੰਦਾ ਜਿਹੜਾ, ਠੀਕ ਹੈ। ਬੋਲਾਂ ਵਿੱਚੋਂ ਨੀਰ ਵਗਿਆ, ਨੀਰ ਕੀ ਹੋ ਗਿਆ ਪਾਣੀ। ਤਾਂ ਕਵੀ ਕਹਿ ਰਿਹਾ ਕਿ ਸਾਰਾ ਸਾਲ ਮਿਹਨਤ ਕਰਕੇ ਖੇਤਾਂ ਵਿੱਚ ਮਿਹਨਤ ਕਰਨ ਦੇ ਬਾਵਜੂਦ ਵੀ ਜਦੋਂ ਜੱਟ ਸੀਰੀ ਦੇ ਪੱਲੇ ਕੁਝ ਨਹੀਂ ਪੈਂਦਾ ਤਾਂ ਜੱਟ ਸੀਰੀ ਦੇ ਗਲ ਨਾਲ ਲੱਗ ਕੇ ਰੋਣ ਲੱਗ ਪੈਂਦਾ ਅਤੇ ਉਹਦੇ ਇੰਨੇ ਅੱਥਰੂ ਬਹਾਏ ਕਿ ਬੋਲਾਂ ਦੇ ਵਿੱਚੋਂ ਵੀ ਪਾਣੀ ਤੁਰਨ ਲੱਗ ਗਿਆ, ਠੀਕ ਹੈ। ਬੋਲ ਕੀ ਹੋ ਗਈ ਜਿਹਦੇ ਵਿੱਚ ਕਣਕ ਰੱਖੀ ਜਾਂਦੀ ਹੈ। ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਜੱਗਿਆ ਮਤਲਬ ਕਿ ਜੱਗਾ ਸ਼ਬਦ ਆ, ਠੀਕ ਆ, ਸੰਬੋਧਨ ਵਿੱਚ ਬਹਾਦਰ ਲੋਕ ਨਾਇਕ ਹੈ। ਅਤੇ ਤੰਗਲੀ ਹੋ ਗਈ ਇੱਕ ਸੰਦ ਹੁੰਦਾ ਜਿਹਦੇ ਨਾਲ ਤੂੜੀ ਨੂੰ ਫੋਲਿਆ ਜਾਂਦਾ, ਠੀਕ ਹੈ, ਅਤੇ ਕਣਕ ਨੂੰ। ਹਾਂਜੀ ਤਾਂ ਜੱਟ ਸੀਰੀ ਨੂੰ ਪਿਆਰ ਦੇ ਨਾਲ ਪੁੱਤ ਜੱਗਾ ਕਹਿ ਕੇ ਸੰਬੋਧਨ ਕਰਦਾ, ਉਹ ਕਹਿੰਦਾ ਕਿ ਉਹ ਤੰਗਲੀ ਲਿਆਵੇ ਤਾਂ ਜੋ ਉਹ ਬੋਹਲ ਦੀ ਬਚੀ ਹੋਈ ਇੱਕ ਤੂੜੀ ਨੂੰ ਫਰੋਲ ਕੇ ਦੇਖਣ ਕਿ ਉਹਨਾਂ ਦੇ ਨਸੀਬਾਂ ਦੇ ਵਿੱਚ ਕੀ ਹੈ। ਭਾਵ ਕਿ ਸਾਰਾ ਸਾਲ ਮਿਹਨਤ ਕਰਨ ਦੇ ਬਾਵਜੂਦ ਸ਼ਾਹੂਕਾਰ ਅਤੇ ਬੈਂਕਾਂ ਦੀਆਂ ਦੇਣਦਾਰੀਆਂ ਦੇ ਕਰਕੇ ਉਹਨਾਂ ਦੇ ਪੱਲੇ ਸਾਰਾ ਸਾਲ ਖਾਣ ਲਈ ਇੱਕ ਦਾਣਾ ਨਹੀਂ ਬਚਿਆ। ਇਹ 2021 ਦੇ ਵਿੱਚ ਆਇਆ ਹੋਇਆ। ਸਾਡੇ ਪੀੜ ਵਿੱਚ ਤੇਰੇ ਗੱਲ ਚਿੱਥੜੇ ਨਹੀਂ ਮੇਰੀ ਜਵਾਨ ਕਣਕੇ, ਚਿੱਥੜੇ ਕੀ ਹੋ ਗਏ ਪਾਟੇ ਲੀਰੇ ਕੱਪੜੇ। ਕੱਲ੍ਹ ਸ਼ਾਹ ਕੀ ਹੋ ਗਏ ਸ਼ਾਹੂਕਾਰ ਦੇ ਗੋਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ, ਪਟੋਲਾ ਹੋ ਗਿਆ ਰੇਸ਼ਮੀ ਕੱਪੜੇ ਵਿੱਚ ਲਪੇਟੀ ਹੋਈ ਬੋਟੀ। ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ, ਹੋ ਗਿਆ ਗਾਉਣ ਵਾਲਾ। ਉਹ ਮੇਰੇ ਬੇਜਵਾਨ ਢੱਗਿਆ ਹੋ ਗਿਆ ਬਲਦ ਗੱਲ ਲੱਗ ਕੇ। ਤਾਂ ਇਹਦੇ ਵਿੱਚ ਕਵੀ ਕਹਿ ਰਹੇ ਆ ਕਿ ਜੱਟ ਆਪਣੀ ਜਵਾਨ ਕਣਕ ਨੂੰ ਕਹਿੰਦਾ ਕਿ ਉਹਦੇ ਪਿੜ ਦੇ ਵਿੱਚੋਂ ਉਹਨੂੰ ਆਪਣੇ ਗੱਲ ਪਾਉਣ ਵਾਲੀ ਪਾਟੀਆਂ ਲੀਰਾਂ ਹੀ ਜੁੜ ਸਕੀਆਂ ਨੇ। ਭਾਵ ਕਿ ਉਹਦਾ ਕੋਈ ਮੁੱਲ ਨਹੀਂ ਪਿਆ। ਇਹ ਕਣਕ ਕੱਲ੍ਹ ਨੂੰ ਜਦੋਂ ਸ਼ਾਹਾਂ ਦੇ ਗੋਦਾਮਾਂ ਦੇ ਵਿੱਚੋਂ ਨਿਕਲ ਕੇ ਦੋਣੇ ਮੁੱਲ ਦੀ ਵਿਕੂਗੀ ਤਾਂ ਉਹ ਸੋਨੇ ਦਾ ਪਟੋਲਾ ਬਣ ਜਾਊਗੀ। ਅਤੇ ਅੱਜ ਜੱਟ ਦੇ ਪੱਲੇ ਕੁਛ ਵੀ ਨਹੀਂ ਬਣ ਰਿਹਾ, ਮਤਲਬ ਕਿ ਵੀ ਜਦੋਂ ਉਹਨੂੰ ਵਿਕ ਜਾਂਦੀ ਹੈ ਫਿਰ ਸ਼ਾਹੂਕਾਰ ਉਹਨੂੰ ਵੱਧ ਰੇਟ ਦੇ ਵੇਚਦੇ ਨੇ। ਅਤੇ ਉਹੀ ਜੱਟ ਆਪਣੇ ਬੇਜਵਾਨ ਬਲਦਾਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਕਿ ਜਦੋਂ ਉਹ ਭੁੱਖਾ ਨੰਗਾ ਰਹੇਗਾ ਤਾਂ ਉਸਨੂੰ ਵੀ ਭੁੱਖਾ ਕਾਰਨ ਗਮਾਂ ਦੇ ਗੀਤ ਹੀ ਪਾਉਣੇ ਪੈਂਦੇ ਨੇ। ਇਹ 2017 ਦੇ ਵਿੱਚ ਆਇਆ ਹੋਇਆ। ਸਾਡਾ ਘੁੱਟੀ ਘੁੱਟੀ ਖੂਨ ਤੇਲ ਪੀ ਗਿਆ ਅਤੇ ਖਾਦ ਖਾ ਗਈ ਹੱਡ ਖਾਰ ਕੇ। ਖਾਰ ਕੀ ਹੋ ਗਿਆ ਖੋਰ ਕੇ। ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ ਤਕਾਵੀ ਹੋ ਗਈ ਬੈਂਕ ਦੀ ਜਿਹੜੀ ਕਿ ਕਰਜ਼ੇ ਵਾਲੀ ਕਿਸ਼ਤਾਂ ਵਾਲੀ, ਠੀਕ ਹੈ। ਬੋਹਲ ਨੂੰ ਖੰਘੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜਾ ਇੰਨਾ ਮਾਰਿਆ ਕਿ ਸਦਰਾਂ ਨੂੰ ਲਾਂਬੂ ਲੱਗਿਆ ਗੱਲ ਲੱਗ ਗਈ। ਹਾਂਜੀ ਖੇਤ ਦੇ ਵਿੱਚ ਸਾਰਾ ਸਾਲ ਮਿਹਨਤ ਕਰਨ ਵਾਂਗੂ ਜੱਟ ਜਦੋਂ ਸੀਰੀ ਦੇ ਗੱਲ ਲੱਗ ਕੇ ਰੋ ਰਹੇ ਆ ਤਾਂ ਉਹ ਕਹਿੰਦਾ ਕਿ ਉਹਨਾਂ ਦਾ ਖੂਨ ਤਾਂ ਟਰੈਕਟਰਾਂ ਅਤੇ ਟਿਊਬਵੈੱਲਾਂ ਨੂੰ ਚਲਾਉਣ ਲਈ ਬਲਦਾਂ ਤੇਲ ਹੀ ਘੁੱਟ ਘੁੱਟ ਕਰਕੇ ਪੀ ਗਏ ਅਤੇ ਖਾਦ ਦਾ ਖਰਚਾ ਹੱਡਾਂ ਨੂੰ ਖਾਰ ਗਿਆ ਅਤੇ ਬੈਂਕਾਂ ਦੀ ਕਿਸ਼ਤ ਬੋਹਲ ਨੂੰ ਖੰਘੂਰਾ ਮਾਰ ਗਈ। ਕਹਿੰਦੀ ਹੈ ਕਿ ਬਸ ਉਹਦੇ ਜੋਗਾ ਹੀ ਆ ਉਹ। ਜੱਟ ਕਹਿੰਦਾ ਕਿ ਉਹਨੂੰ ਬਿਜਲੀ ਦੇ ਇੰਨਾ ਝੰਝੋੜਿਆ ਕਿ
ਕਿ ਇਹਦੀ ਅਨਹੋਦ ਕਾਰਨ ਠੀਕ ਹੈ ਇਹਦਾ ਇੰਨਾ ਖਰਚਾ ਹੋ ਗਿਆ ਕਿ ਉਹਨਾਂ ਦੇ ਸਾਦਰਾਂ ਹੀ ਸੜ ਕੇ ਸਵਾਹ ਹੋ ਗਈਆਂ। ਧੀਏ ਕਿਹੜੇ ਨਹੀਂ ਭੜੋਲੇ ਵਿੱਚ ਡੱਕਲਾ ਮੈਂ ਤੇਰੀਆਂ ਜਵਾਨੀ ਜਵਾਨ ਸਾਦਰਾਂ। ਹਾਂਜੀ ਛੋਟਾ ਕਿਸਾਨ ਆਪਣੀ ਧੀ ਨੂੰ ਕਹਿੰਦਾ ਕਿ ਉਹਦੀ ਜਵਾਨ ਸਾਦਰਾਂ ਨੂੰ ਕਿਹੜੇ ਭੜੋਲੇ ਦੇ ਵਿੱਚ ਪਾ ਕੇ ਬੰਦ ਕਰ ਦੇਵੇ। ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹੈ ਸਾਡੀਆਂ ਸਮਾਜਿਕ ਕਦਰਾਂ। ਧੀਏ ਜਿਹੜੇ ਨਜ਼ੂਮੀਆਂ ਨੂੰ ਪੁੱਛ ਲੈ, ਨਜ਼ੂਮੀ ਕੀ ਹੋ ਗਏ ਜੋਤਸ਼ੀ, ਕਿਉਂ ਚੰਨ ਨੂੰ ਸ਼ਰਾਪ ਲੱਗਿਆ, ਕਿਉਂ ਚੰਨ ਨੂੰ ਸ਼ਰਾਪ ਲੱਗਿਆ। ਹਾਂਜੀ ਤਾਂ ਕਵੀ ਕਹਿ ਰਿਹਾ ਹੈ ਕਿ ਉਹਦੀ ਸਾਡੇ ਸਮਾਜਿਕ ਕਦਰਾਂ ਕੀਮਤਾਂ ਨੇ ਤਾਂ ਵੱਢ ਕੇ ਖਾ ਜਾਣ ਵਾਲੀਆਂ ਸੋਚਾਂ ਦਾ ਰੂਪ ਧਾਰਿਆ ਹੋਇਆ ਅਤੇ ਉਹਨਾਂ ਲਈ ਇੰਨੇ ਖਰਚੇ ਪੂਰੇ ਨਹੀਂ ਹੋ ਸਕਦੇ। ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਜੋਤਸ਼ੀ ਨੂੰ ਜਾ ਕੇ ਪੁੱਛੇ ਕਿ ਚੰਨ ਨੂੰ ਕਿਉਂ ਸ਼ਰਾਪ ਲੱਗਿਆ ਹੋਇਆ, ਭਾਵ ਕਿ ਉਹ ਧੀ ਦਾ ਵਿਆਹ ਕਰਕੇ ਉਸਦੇ ਸਦਰਾਂ ਪੂਰੀਆਂ ਕਰਨ ਦੀ ਸਮਰੱਥ ਕਿਉਂ ਨਹੀਂ ਹੈਗਾ। ਸੁੱਕੇ ਜਾਣ ਦਾ ਬੋਲਾ ਦਾ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚਾਂਗਰਾਂ, ਅੱਜ ਝੱਖੜਾਂ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ 'ਚ ਬਰੂਦ ਵਾਂਗਰਾਂ, ਹੁਣ ਸਾਡੇ ਹੀ ਹੱਥਾਂ ਨੇ ਹੈ ਚੋਵਣਾ ਜੋ ਮਿਹਨਤਾਂ ਨੂੰ ਮਾਖੋ ਲੱਗਿਆ ਗੱਲ ਲੱਗ ਕੇ। ਹਾਂਜੀ ਜੱਟ ਆਪਣੇ ਸਾਰੇ ਸਾਲ ਦੀ ਮਿਹਨਤ ਦੀ ਲੁੱਟ ਹੋਈ ਦੇਖ ਕੇ ਜਾਗਰਿਤ ਹੁੰਦਾ ਹੋਇਆ ਹੋਸ਼ ਦੇ ਵਿੱਚ ਆ ਜਾਂਦਾ, ਤੋਂ ਲਲਕਾਰ ਕੇ ਉੱਠਦਾ ਠੀਕ ਹੈ ਅਤੇ ਸ਼ਾਹੂਕਾਰਾਂ ਅਤੇ ਸ਼ਰਮਾਏਦਾਰ ਉਹਦੇ ਬੋਹਲਾਂ ਨੂੰ ਪਿੱਠੂ 'ਤੇ ਚੁੱਕ ਕੇ ਖੁਸ਼ੀ ਦੀਆਂ ਚਾਗਰਾਂ ਮਾਰਦੇ ਹੋਏ ਜਾਂਦੇ ਨੇ ਤਾਂ ਅੱਜ ਸੁੱਕੇ ਨਹੀਂ ਜਾਣਗੇ। ਉਹ ਕਹਿੰਦਾ ਵੀ ਅੱਜ ਇਹ ਸੁੱਕੇ ਨਹੀਂ ਜਾਣਗੇ, ਇਹਨਾਂ ਨੂੰ ਸਭ ਕੁਝ ਸਿਖਾ ਦੇਣਾ। ਅਤੇ ਉਹਨੂੰ ਦਿਸਦਾ ਕਿ ਅੱਜ ਕ੍ਰਾਂਤੀ ਦੇ ਝੱਖੜਾਂ ਨੇ ਤੂੜੀ ਨੂੰ ਖੇਤਾਂ ਵਿੱਚ ਬਰੂਦ ਵਾਂਗ ਖਿਲਾਰਤਾ, ਅਤੇ ਉਹਨੂੰ ਵਿਸ਼ਵਾਸ ਹੈ ਕਿ ਕ੍ਰਾਂਤੀ ਦੇ ਆਉਣ ਨਾਲ ਉਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਰੂਪੀ ਮਾਖਿਓ ਲੱਗੇਗਾ ਉਹਨੂੰ ਉਹਨਾਂ ਦੇ ਹੱਥ ਦੇ ਵਿੱਚ ਚੋਣਗੇ, ਹੋਰ ਕੋਈ ਨਹੀਂ। ਠੀਕ ਹੈ ਨੈਕਸਟ ਅੱਗੇ ਸ਼ੋਰਟ ਕੁਐਸਚਨਸ ਆ ਗਏ, ਇੱਕ ਵਾਰ ਰੀਡਿੰਗ ਕਰ ਲਿਓ। ਵੈਸੇ ਤਾਂ ਸਾਰੇ ਕਵਿਤਾ ਦੇ ਵਿੱਚੋਂ ਹੀ ਆ ਜਾਂਦੇ ਹੁੰਦੇ ਨੇ। ਅੱਗੇ ਹੈਗਾ ਜਸਵੰਤ ਦੀਪ, ਸਵਾਲੀਏ ਫਿਕਰੇ। ਜਾਣਾ ਹੈ ਕਿਸੇ ਦਿਨ ਇਕੱਠਾ ਕਰਨ ਸਭ ਜੋ ਵੱਖ ਵੱਖ ਥਾਵਾਂ 'ਤੇ ਭੁੱਲਦਾ ਆਇਆ ਹਾਂ ਮੈਂ। ਜਾਵਾਂਗਾ ਮਾਂ ਬਾਪ ਕੋਲ, ਜਾਵਾਂਗਾ ਪੁੱਛਾਂਗਾ ਕਿ ਬਹਿੰਗੀ ਅਤੇ ਮੋਢੇ ਦੋਵੇਂ ਥੱਕ ਗਏ ਨੇ, ਬਦਲ ਦਈਏ ਸਵਾਰੀ ਸਾਧਨ ਜਾਂ ਸਫ਼ਰ। ਹਾਂਜੀ ਇਹਦੇ ਵਿੱਚ ਸਵਾਲੀਏ ਫਿਕਰੇ ਵਿੱਚੋਂ ਇਹ ਕਵਿਤਾ ਦੇ ਵਿੱਚੋਂ ਲਿਆ ਗਿਆ ਕਾਪ ਟੁੱਟਾ। ਇਸ ਕਵਿਤਾ ਦੇ ਵਿੱਚ ਕਵੀ ਨੇ ਵਰਤਮਾਨ ਮਨੁੱਖ ਦੀ ਜਿਹੜੀ ਸਵੈ ਕੇਂਦਰਿਤ ਸੈਲਫ ਸੈਂਟਰਡ ਹੋ ਰਹੀ ਜ਼ਿੰਦਗੀ ਦੇ ਵਰਤਾਰੇ ਨੂੰ ਇੱਕ ਵਿਅੰਗ ਦੇ ਵਿੱਚ ਪੇਸ਼ ਕਰਿਆ। ਤਾਂ ਕਵੀ ਇਹ ਦੱਸਣ ਦਾ ਯਤਨ ਕਰ ਰਿਹਾ ਕਿ ਵਰਤਮਾਨ ਮਨੁੱਖ ਲਈ ਮਾਪਿਆਂ, ਦੋਸਤਾਂ, ਪ੍ਰੇਮਿਕਾ ਅਤੇ ਪਤਨੀ ਸਭ ਰਿਸ਼ਤੇ ਉਹਦੇ ਸਵੈ ਕੇਂਦਰਿਤ ਜੀਵਨ ਸਾਹਮਣੇ ਹੇਠ ਹੋ ਚੁੱਕੇ ਨੇ। ਠੀਕ ਹੈ ਤਾਂ ਵਿਆਖਿਆ ਦੇ ਵਿੱਚ ਕਵੀ ਕਹਿੰਦਾ ਕਿ ਇੱਕ ਦਿਨ ਉਹਨੇ ਸਭ ਕੁਝ ਇਕੱਠਾ ਕਰਨ ਲਈ ਜਾਣਾ, ਜੋ ਕੁਝ ਪਿਛਲੇ ਸਮੇਂ ਦੇ ਵਿੱਚ ਵੀ ਵੱਖ ਵੱਖ ਥਾਵਾਂ 'ਤੇ ਪਿਆ ਰੁਲ ਰਿਹਾ ਉਹਨੂੰ ਸਭ ਨੂੰ ਇਕੱਠਾ ਕਰੂਗਾ। ਠੀਕ ਹੈ ਅਤੇ ਉਹ ਆਪਣੇ ਮਾਂ ਬਾਪ ਕੋਲ ਜਾਵੇਗਾ, ਉਹਨਾਂ ਨੂੰ ਪੁੱਛੇਗਾ ਕਿ ਉਹਨਾਂ ਦੇ ਦੁਆਰਾ ਉਹਨਾਂ ਦਾ ਭਾਰ ਸਹਿੰਦੇ ਵਹਿੰਗੀ ਅਤੇ ਮੋਢੇ ਦੋਵੇਂ ਥੱਕ ਗਏ ਨੇ। ਉਹ ਉਹਨਾਂ ਨੂੰ ਦੱਸੂਗਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਬਦਲ ਲਈ ਜਾਵੇ, ਉਹਨਾਂ ਦੀ ਸਵਾਰੀ ਜਾਂ ਸਵਾਰੀ ਦਾ ਸਾਧਨ ਜਾਂ ਸਮੁੱਚਾ ਸਫ਼ਰ, ਭਾਵ ਕਿ ਅੱਜ ਉਹ ਸਵੈ ਕੇਂਦਰਿਤ ਮਨੁੱਖ ਦੇ ਰੂਪ ਦੇ ਵਿੱਚ ਮਾਪਿਆਂ ਦੀ ਮਰਜ਼ੀ ਅਨੁਸਾਰ ਉਹਨਾਂ ਦੀਆਂ ਇੱਛਾਵਾਂ ਅਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਉਕਤਾਇਆ ਹੋਇਆ, ਭਾਵ ਕਿ ਉਹਨਾਂ ਤੋਂ ਇੱਕ ਤੰਗ ਆਇਆ ਹੋਇਆ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ। ਨੈਕਸਟ ਹੈ
ਹਾਂਜੀ ਜਾਣਾ ਹੈ ਦੋਸਤਾਂ ਦੀ ਗਲੀ ਵੀ ਜਾਣਾ, ਦੱਸਣਾ ਸਿਰਫ ਕਿ ਅੱਜ ਕੱਲ੍ਹ ਮੌਤ ਤੋਂ ਵੱਧ ਜਿਉਣ ਦਾ ਫਿਕਰ ਹੈ ਮੈਨੂੰ, ਧਰਤੀ ਬਦਲਾ ਦਈਏ ਕਿ ਦੇ। ਹਾਂਜੀ ਕਵੀ ਕਹਿੰਦਾ ਕਿ ਇੱਕ ਦਿਨ ਉਹ ਮਾਂ ਬਾਪ ਕੋਲ ਜਾਣ ਤੋਂ ਇਲਾਵਾ ਆਪਣੇ ਦੋਸਤਾਂ ਦੀ ਗਲੀ ਦੇ ਵਿੱਚ ਵੀ ਜਾਊਗਾ, ਸਿਰਫ ਇਹ ਦੱਸਣ ਲਈ ਜਾਣਾ ਉਹਨੇ ਕਿ ਇੱਕ ਸਵੈ ਕੇਂਦਰੀ ਅਤੇ ਵਿਅਕਤੀ ਦੇ ਰੂਪ ਦੇ ਵਿੱਚ ਉਹਨੂੰ ਹੁਣ ਮੌਤ ਤੋਂ ਬਹੁਤ ਜਿਉਣ ਦਾ ਜ਼ਿਆਦਾ ਫਿਕਰ ਆ, ਵੀ ਮੌਤ ਤੋਂ ਬਹੁਤਾ ਜਿਉਣ ਦਾ ਉਹਨੂੰ ਫਿਕਰ ਆ। ਇਸ ਉਦੇਸ਼ ਦੇ ਉਹਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਕਿ ਉਹ ਇਸ ਧਰਤੀ ਨੂੰ ਵੀ ਬਦਲ ਦੇਵੇ ਜਾਂ ਦੇ ਨੂੰ, ਕਿਉਂਕਿ ਉਹ ਵੱਧ ਜਿਉਣਾ ਚਾਹੁੰਦਾ ਅਤੇ ਉਸਦਾ ਕਿਸੇ ਅਜਿਹੇ ਦੋਸਤ ਨਾਲ ਵਾਹ ਨਾ ਪਵੇ ਜੋ ਉਸਦੇ ਕੋਲੋਂ ਕੁਝ ਉਮੀਦ ਰੱਖਦਾ ਹੋਵੇ। ਜਾਵਾਂਗੇ ਆਪਣੀ ਸੁੰਦਰਾ ਕੋਲ ਵੀ ਜਾਵਾਂਗੇ ਅਤੇ ਆਖਾਂਗੇ ਘੜਾ ਵੀ ਆਪੇ ਬਦਲਦੀ ਏ, ਪੱਟ ਵੀ ਚਟਖਾਰੇ ਲਾ ਖਾਂਦੀ ਏ, ਚੂਰੀ ਵੀ ਕੁੱਟਦੀ ਏ ਮੇਰੇ ਲਈ ਅਤੇ ਕੈਦੋਂ ਵੀ ਮੈਨੂੰ ਸਮਝਦੀ ਏ, ਆਖੇ ਤਾਂ ਇਸ ਕਿੱਸੇ ਦਾ ਨਾਮ ਬਦਲ ਦਈਏ। ਤਾਂ ਕਵੀ ਕਹਿੰਦਾ ਕਿ ਕਿਸੇ ਦਿਨ ਉਹ ਆਪਣੀ ਪ੍ਰੇਮਿਕਾ ਦੇ ਕੋਲ ਵੀ ਜਾਊਗਾ ਅਤੇ ਪ੍ਰੇਮਿਕਾ ਵਿੱਚ ਵੀ ਵਿਸ਼ਵਾਸ ਨਾ ਰੱਖਣ ਵਾਲੇ ਵਿਅਕਤੀ ਦੇ ਰੂਪ ਦੇ ਵਿੱਚ ਆਪਣੀ ਸੁੰਦਰਾ ਕੋਲ ਜਾਊਗਾ, ਠੀਕ ਹੈ। ਮਤਲਬ ਕਿ ਉਹਨੂੰ ਲੱਗਦਾ ਕਿ ਉਹ ਆਪਣੀ ਪ੍ਰੇਮਿਕਾ ਦੇ ਵਿੱਚ ਵਿਸ਼ਵਾਸ ਨਹੀਂ ਰੱਖ ਰਿਹਾ, ਤਾਂ ਇੱਕ ਫਿਰ ਉਹ ਆਪਣੀ ਸੁੰਦਰਾ ਕੋਲ ਜਾਵੇਗਾ ਅਤੇ ਉਹਨੂੰ ਸੋਹਣੀ ਨੂੰ ਕਹੇਗਾ ਕਿ ਉਹ ਅੱਜ ਉਹਦਾ ਘੜਾ ਕੋਈ ਨਨਾਣ ਨਹੀਂ, ਸਗੋਂ ਉਹਨੂੰ ਧੋਖਾ ਦੇਣ ਲਈ ਘੜਾ ਉਹ ਆਪ ਹੀ ਬਦਲ ਲੈਂਦੀ ਹੈ, ਠੀਕ ਹੈ। ਵੀ ਉਹ ਕਵੀ ਕਹਿ ਰਿਹਾ ਵੀ ਉਹਨੂੰ ਕੋਈ ਅੱਜ ਉਹਦੀ ਨਨਾਣ ਕੋਈ ਧੋਖਾ ਨਹੀਂ ਦੇ ਰਹੀ, ਵੀ ਸੋਹਣੀ ਦਾ ਜਿਵੇਂ ਘੜਾ ਉਹਦੀ ਨਨਾਣ ਨੇ ਬਦਲਦਾ ਸੀ, ਵੀ ਅੱਜ ਤਾਂ ਉਹ ਖੁਦ ਧੋਖਾ ਦੇ ਰਹੀ ਆ, ਉਹ ਆਪਣੇ ਆਪ ਧੋਖਾ ਦੇ ਰਹੀ, ਆਪਣੇ ਆਪ ਘੜਾ ਬਦਲ ਰਹੀ ਆ ਅਤੇ ਉਹਦੇ ਪੱਟ ਦਾ ਮਾਸ ਸੋਹਣੀ ਦੇ ਉਲਟ ਸਵਾਦ ਨਾਲ ਖਾਂਦੀ ਹੈ ਅਤੇ ਉਹ ਉਹਦੇ ਲਈ ਹੀਰ ਵਾਂਗ ਚੂਰੀ ਵੀ ਕੁੱਟਦੀ ਹੈ, ਪਰ ਨਾਲ ਹੀ ਉਸ ਨੂੰ ਆਪਣੇ ਪਿਆਰ ਦਾ ਦੁਸ਼ਮਣ ਕੈਦੋ ਵੀ ਸਮਝਦੀ ਹੈ, ਵੀ ਨਾਲ ਦੀ ਨਾਲ ਉਹਨੂੰ ਐਵੇਂ ਸਮਝਦੀ ਹੈ ਕਿ ਉਹ ਕੈਦੋ ਆ ਅਤੇ ਇਸ ਤਰ੍ਹਾਂ ਉਹਨਾਂ ਨੂੰ ਇੱਕ ਦੂਜੇ ਦੀ ਵਫ਼ਾਦਾਰੀ ਉੱਤੇ ਯਕੀਨ ਨਹੀਂ ਹੈਗਾ, ਠੀਕ ਹੈ, ਇੱਕ ਦੂਜੇ ਦੇ ਪ੍ਰਤੀ ਵਫ਼ਾਦਾਰ ਨਹੀਂ ਹੈਗੇ, ਸਗੋਂ ਇਹ ਪ੍ਰਭਾਵ ਹੈ ਕਿ ਦੋਹਾਂ ਇੱਕ ਦੂਜੇ ਪ੍ਰਤੀ ਵਰਤਾਓ ਸਵੈ ਕੇਂਦਰਿਤ ਹੈ ਅਤੇ ਸਵੈ ਕੇਂਦਰਿਤ ਹੋਣ ਕਰਕੇ ਜਿਸ ਕਰਕੇ ਜੇਕਰ ਉਹ ਕਹੇ ਤਾਂ ਉਹਨਾਂ ਨੂੰ ਪ੍ਰੇਮ ਦੇ ਇਸ ਕਿੱਸੇ ਦਾ ਨਾਮ ਬਦਲ ਦੇਣਾ ਚਾਹੀਦਾ। ਨੈਕਸਟ ਹੈ ਜਾਵਾਂਗੇ ਆਪਣੀ ਬੀਵੀ ਨੂੰ ਮਿਲਾਂਗੇ ਅਤੇ ਦੱਸਾਂਗੇ ਕਿ ਬੰਦਾ ਉਹ ਬਾਬਰੋਲਾ, ਬਾਬਰੋਲਾ ਕੀ ਹੋ ਗਿਆ, ਚੱਕਰ ਦੇ ਵਿੱਚ ਘੁੰਮਦੀ ਹੋਈ ਤੇਜ਼ ਹਵਾ, ਬੀਵੀ ਹੋ ਗਿਆ ਪਤਨੀ, ਜੋ ਜਿਸਮ ਕੀ ਹੋ ਗਿਆ ਸਰੀਰ, ਕੈਦ ਮੰਨਦਾ ਰੂਹਾਂ ਦਾ ਭਟਕਦੀਆਂ ਸ਼ਿਆਂ ਨੇ ਕਿਧਰੇ ਵੀ ਟਿਕਾਣਾ ਕਰ ਲੈਂਦੀਆਂ, ਆਪਾਂ ਤਾਂ ਸੰਜੋਗਾਂ ਦਾ ਖੇਲ ਖੇਡਦੇ ਹਾਂ, ਸੰਜੋਗ ਕੀ ਹੋ ਗਿਆ ਕਿਸਮਤ ਅਨੁਸਾਰ ਪਤੀ ਪਤਨੀ ਦਾ ਮੇਲ। ਤਾਂ ਕਵੀ ਕਹਿੰਦਾ ਕਿ ਕਿਸੇ ਦਿਨ ਉਹ ਆਪਣੀ ਪਤਨੀ ਨੂੰ ਵੀ ਮਿਲੂਗਾ ਅਤੇ ਉਹਨੂੰ ਵੀ ਦੱਸੂਗਾ ਕਿ ਉਹ ਬੰਦਾ ਉਹ ਬਾਬਰੋਲਾ ਜੋ ਸਰੀਰ ਦੀ ਕੈਦ ਨੂੰ ਮੰਨਦੇ ਆ, ਇਹਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਲੱਗਿਆ ਰਹਿੰਦਾ ਅਤੇ ਬੰਦੇ ਦੀਆਂ ਰੂਹਾਂ ਉਹ ਭਟਕਦੀਆਂ ਚੀਜ਼ਾਂ ਨੇ ਜਿਹੜੀਆਂ ਆਪਣੀ ਇੱਛਾਵਾਂ ਦੀ ਪੂਰਤੀ ਲਈ ਕਿਤੇ ਵੀ ਟਿਕਾਣਾ ਬਣਾ ਲੈਂਦੀਆਂ ਨੇ। ਇਸ ਕਰਕੇ ਪਤੀ ਪਤਨੀ ਦੇ ਸੰਬੰਧ ਪੱਕੇ ਪੀੜੇ ਨਹੀਂ ਹੁੰਦੇ, ਉਹ ਤਾਂ ਸਿਰਫ ਸੰਜੋਗਾਂ ਦੀ ਖੇਡ ਖੇਡਦੇ ਹੋਏ ਇਕੱਠੇ ਹੁੰਦੇ ਨੇ ਅਤੇ ਜਿੱਥੇ ਮੌਕਾ ਮਿਲੇ ਇੱਧਰ ਉੱਧਰ ਥਿੜਕ ਜਾਂਦੇ ਨੇ। ਜਾਵਾਂਗਾ ਬੱਚਿਆਂ ਕੋਲ ਜਾਵਾਂਗਾ, ਪੁੱਛਣਗੇ ਤੁਸੀਂ ਜੋ ਆਪਣਾ ਇੰਨਾ ਕੁਝ ਦੇ ਇੰਨੀ ਥਾਂ ਛੱਡ ਆਏ ਸੀ, ਇਕੱਠਾ ਕਰ ਲਿਆ, ਆਖੋ ਤਾਂ ਅਸੀਂ ਮਦਦ ਕਰੀਏ। ਤਾਂ ਕਵੀ ਕਹਿੰਦਾ ਆਪਣੇ ਬੱਚਿਆਂ ਕੋਲ ਵੀ ਜਾਵੇਗਾ ਉਹ, ਤਾਂ ਉਹ ਪੁੱਛਣਗੇ ਕਿ ਪਿਤਾ ਜੋ ਕੁਝ ਤੁਸੀਂ ਇਹਨਾਂ ਥਾਵਾਂ 'ਤੇ ਛੱਡ ਆਏ ਸੀ ਕਿ ਉਹ ਉਸਨੇ ਇਕੱਠਾ ਕਰ ਲਿਆ, ਜਾਂ ਇਸ ਕੰਮ ਲਈ ਉਹਨਾਂ ਦੀ ਮਦਦ ਦੀ ਜ਼ਰੂਰਤ ਹੈ। ਤਾਂ ਕਵੀ ਦਾ ਕਹਿਣਾ ਕਿ ਜੋ ਭਾਵ ਕਵੀ ਦਾ ਕਹਿਣ ਦਾ ਭਾਵ ਇਹ ਹੈ ਕਿ ਬੀਤੇ ਸਮੇਂ 'ਚ ਜਿੰਨਾ ਕੁ ਸਵੈ ਕੇਂਦਰਿਤ ਹੋਇਆ ਤਾਂ ਉਹਦੇ ਬੱਚੇ ਉਸ ਤੋਂ ਵੀ ਵਧੇਰੇ ਸਵੈ ਕੇਂਦਰਿਤ ਨਿਕਲੇ ਅਤੇ ਵਰਤਮਾਨ ਪੀੜ੍ਹੀ ਦੀ ਇਹ ਨੈਤਿਕ ਗਿਰਾਵਟ ਵੱਧਦੀ ਜਾ ਰਹੀ ਹੈ। ਮੈਂ ਸੋਚਾਂਗਾ ਵਹਿੰਗੀ ਮੁਹੱਬਤ ਧਰਤੀ ਰੂਹਾਂ 'ਤੇ, ਇਹ ਬੀਜ ਮੇਰੇ ਸਵਾਲੀਆਂ ਫਿਕਰੇ ਮੇਰੇ ਆਪਣੇ ਹੀ ਅੰਦਰ ਪੁੰਗਰ ਦੇ ਪਲਮਦੇ ਨੇ, ਫੈਲਦੇ ਅਤੇ ਧਰਤੀ ਅੰਦਰ ਜੜਾ ਵਾਂਗੂ ਮੈਨੂੰ ਅੰਦਰੋਂ ਅੰਦਰ ਹੀ ਜਕੜਦੇ ਨੇ ਜਾਣਾ ਹੈ। ਤਾਂ ਕਵੀ ਕਹਿੰਦਾ ਕਿ ਆਪਣੀਆਂ ਭੁੱਲੀਆਂ ਵਸਤਾਂ ਇਕੱਠੀਆਂ ਕਰਨ ਦੇ ਸੰਬੰਧ ਵਿੱਚ ਆਪਣੇ ਮਾਪਿਆਂ, ਦੋਸਤਾਂ, ਪ੍ਰੇਮਿਕਾ, ਪਤਨੀ ਅਤੇ ਬੱਚਿਆਂ ਨੂੰ ਮਿਲਣ ਪਿੱਛੋਂ ਉਹ ਸੋਚੇਗਾ ਕਿ ਵਹਿੰਗੀ ਭਾਵ ਮਾਪਿਆਂ ਪ੍ਰਤੀ ਫਰਜ਼, ਮੁਹੱਬਤ ਭਾਵ ਪ੍ਰੇਮਿਕਾ ਨਾਲ ਸੰਬੰਧ, ਧਰਤੀ ਰੂਹਾਂ ਸੰਬੰਧੀ ਬੀਜ ਰੂਪੇ ਸਵਾਲੀਆਂ ਫਿਕਰੇ ਉਹ ਆਪਣੇ ਹੀ ਅੰਦਰ ਪੁੰਗਰਦੇ ਨੇ, ਵੱਧਦੇ ਫੁੱਲਦੇ ਫੈਲਦੇ ਅਤੇ ਧਰਤੀ ਅੰਦਰ ਫੈਲੀਆਂ ਜੜ੍ਹਾਂ ਵਾਂਗ ਉਹਨੂੰ ਅੰਦਰੋਂ ਅੰਦਰ ਹੀ ਜਕੜਦੇ ਨੇ।
ਅਤੇ ਉਹਨੂੰ ਸਮਝ ਨਹੀਂ ਲੱਗਦੀ ਕਿ ਉਹ ਕੀ ਕਰੇ ਅਤੇ ਇੱਕ ਸਵੈ ਕੇਂਦਰਿਤ ਮਨੁੱਖ ਬਣ ਜਾਣ 'ਤੇ ਉਹ ਇਹਨਾਂ ਸਵਾਲੀ ਫਿਕਰ ਤੋਂ ਛੁਟਕਾਰਾ ਮੁਸ਼ਕਲ ਹੈ। ਇੱਕ ਜਿਹਾ ਕਵਿਤਾ ਦਾ ਸਾਰ ਆ। ਨੈਕਸਟ ਹੈਗਾ ਬਲ ਦਾ ਪ੍ਰਸ਼ਨ। ਉਸ ਰਾਤ ਮੇਰਾ ਦਾਦਾ, ਮੇਰਾ ਬਾਪੂ ਅਤੇ ਮੇਰਾ ਬੱਚਾ ਤਿੰਨੋਂ ਮੇਰੇ ਕੋਲ ਆਉਣ ਬੈਠੇ। ਦਾਦਾ ਕਈ ਚਿਰ ਆਪਣੇ ਸਮਿਆਂ ਬਾਰੇ ਬੋਲਦਾ ਰਿਹਾ ਅਤੇ ਇਹ ਆ ਕੇ ਟੁਰ ਗਿਆ ਕਿ ਭਲੇ ਸਮਿਆਂ ਦੀ ਗੱਲ ਹੈ ਕਾਕਾ, ਮੇਰੇ ਮੱਥੇ 'ਚ ਮੇਰੀ ਸੱਭਿਅਤਾ ਚਿੱਖੀ। ਹਾਂਜੀ, ਇਹਦੇ ਵਿੱਚ ਹਾਂਜੀ ਇਹ ਬਲ ਦਾ ਪ੍ਰਸ਼ਨ ਕਵਿਤਾ ਦੇ ਵਿੱਚ ਲਿਆ ਗਿਆ ਕਾਵਿ ਟੋਟਾ। ਇਸ ਦੇ ਵਿੱਚ ਕਵੀ ਨੇ ਵਿਅੰਗ, ਇਹਦੇ ਵਿੱਚ ਵੀ ਵਿਅੰਗ ਵਿਧੀ ਵਰਤ ਕੇ ਆਪਣੇ ਵਿਚਾਰ ਪੇਸ਼ ਕਰੇ ਨੇ, ਜਿਹਦੇ ਵਿੱਚ ਕਵੀ ਨਵੀਂ ਸੱਭਿਅਤਾ ਨੂੰ ਅਪਣਾ ਕੇ ਅਸੀਂ ਵਿਕਸਿਤ ਅਖਵਾਉਣ ਦਾ ਦਾਅਵਾ ਕਰ ਰਹੇ ਹਾਂ ਕਵੀ ਦੇ ਅਨੁਸਾਰ। ਅਤੇ ਇਹ ਸਵੈ ਕੇਂਦਰਿਤ ਹੋਣ ਕਰਕੇ ਪੁਰਾਤਨ ਲੋਕਾਂ ਦੀ ਨਜ਼ਰ ਦੇ ਵਿੱਚ ਨੈਤਿਕਤਾ ਤੋਂ ਸੱਖਣੀ ਚੀਜ਼ ਹੈ, ਮਤਲਬ ਕਿ ਨੈਤਿਕਤਾ ਤੋਂ ਬਿਨਾਂ ਇਹ। ਅਤੇ ਵਰਤਮਾਨ ਵਡੇਰੇ ਇਹਨੂੰ ਨਿਰਾਰਥਕ ਕਹਿੰਦੇ ਨੇ ਵੀ ਜਿਹਦਾ ਕੋਈ ਅਰਥ ਨਹੀਂ, ਅਤੇ ਅਗਲੀ ਪੀੜ੍ਹੀ ਦੇ ਆਉਣ 'ਤੇ ਸਿਖਰ 'ਤੇ ਪਹੁੰਚਦੀ ਹੈ ਅਤੇ ਰਿਸ਼ਤਿਆਂ ਵਿੱਚ ਵਿਗਾਨਗੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਓਪਰਾ ਬਣਾਉਂਦਾ। ਹਾਂਜੀ, ਤਾਂ ਕਵੀ ਕਹਿੰਦਾ ਕਿ ਇੱਕ ਬੀਤ ਚੁੱਕੀ ਰਾਤ ਦੇ ਸਮੇਂ ਉਹਦਾ ਦਾਦਾ, ਉਹਦਾ ਬਾਪ ਅਤੇ ਉਹਦਾ ਬੱਚਾ ਤਿੰਨੇ ਉਹਦੇ ਕੋਲ ਆ ਕੇ ਬੈਠਦੇ ਨੇ। ਦਾਦਾ ਕਈ ਚਿਰ ਆਪਣੇ ਸਮੇਂ ਦੀ ਗੱਲ ਸੁਣਾਉਂਦਾ ਰਿਹਾ ਅਤੇ ਫਿਰ ਇਹ ਕਹਿ ਕੇ ਚਲਾ ਗਿਆ ਕਿ ਭਲੇ ਸਮਿਆਂ ਦੀ ਗੱਲਾਂ ਨੇ ਜਦੋਂ ਲੋਕ ਧਰਮ, ਸੱਚ, ਨੈਤਿਕਤਾ, ਪਿਆਰ, ਵਫਾਦਾਰੀ, ਕੁਰਬਾਨੀ ਅਤੇ ਆਪਣਤ ਨਾਲ ਭਰੇ ਹੁੰਦੇ ਸੀ। ਅਤੇ ਅੱਜ ਕੱਲ੍ਹ ਦੇ ਲੋਕਾਂ ਦੇ ਵਰਤਾਰੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਨੇ। ਅਤੇ ਦਾਦੇ ਦੀਆਂ ਗੱਲਾਂ ਸੁਣ ਕੇ ਕਵੀ ਦੇ ਦਿਮਾਗ ਦੇ ਵਿੱਚ ਸਵਾਰ ਹੋ ਰਹੀ ਆਧੁਨਿਕ ਸੱਭਿਅਤਾ ਦੀ ਚੀਕ ਉੱਠੀ, ਜਿਹਦੇ ਵਿੱਚ ਬੰਦਾ ਸਵੈ ਕੇਂਦਰਿਤ ਅਤੇ ਸੌਦੇਬਾਜ਼ ਹੁੰਦਾ ਜਾ ਰਿਹਾ। ਹਾਂਜੀ, ਅੱਗੇ ਹੈ ਬਾਪੂ ਮੇਰੇ ਚਿਹਰੇ ਤੋਂ ਕਿਰਦੀ ਰੇਤ ਤੱਕ ਕੇ ਬੋਲਿਆ, ਤੁਸੀਂ ਕਾਸੇ ਜੋਗੇ ਨਹੀਂ, ਮੇਰੀ ਛਾਤੀ 'ਚ ਮੇਰਾ ਵਰਤਮਾਨ ਵਲ ਉੱਠਿਆ। ਹਾਂਜੀ, ਕਵੀ ਕਹਿੰਦਾ ਕਿ ਜਦੋਂ ਦਾਦੇ ਦੁਆਰਾ ਭਲੇ ਸਮਿਆਂ ਬਾਰੇ ਝੂਰ ਨੇ, ਭਾਵ ਕਿ ਭਲੇ ਸਮਿਆਂ ਨੂੰ ਸੋਚ ਕੇ ਜਦੋਂ ਉਹ ਦੁਖੀ ਹੋ ਰਹੇ ਨੇ, ਤਾਂ ਇਹ ਗੱਲ ਸੁਣ ਕੇ ਉਹਦੇ ਅੰਦਰੋਂ ਅਪਣਾਈ ਜਾ ਰਹੀ ਸਵੈ ਕੇਂਦਰਿਤ ਸੱਭਿਅਤਾ ਚੀਕ ਪਈ, ਤਾਂ ਉਹਦੇ ਬਾਪੂ ਨੇ ਉਹਦੇ ਚਿਹਰੇ ਤੋਂ ਉਹਦੇ ਅੰਦਰ ਉਹਦੇ ਵਿਸ਼ਵਾਸ ਨੂੰ ਡੋਲਦਾ ਦੇਖਿਆ, ਤਾਂ ਉਹ ਕਹਿਣ ਲੱਗੇ ਕਿ ਕਿਸੇ ਕੰਮ ਜੋਗੇ ਨਹੀਂ। ਇਹ ਸੁਣ ਕੇ ਉਹਦੀ ਛਾਤੀ ਵਿੱਚ ਉਸਦਾ ਵਰਤਮਾਨ ਬਲਣ ਲੱਗਿਆ, ਅਰਥਾਤ ਉਹਨੂੰ ਆਪਣਾ ਵਰਤਮਾਨ ਨਿਰਾਰਥਕ ਮਹਿਸੂਸ ਹੋਣ ਲੱਗਿਆ। ਅੱਗੇ ਹੈਗਾ ਮੇਰੇ ਬੱਚੇ ਨੇ ਸਲੇਟ 'ਤੇ ਕੁਝ ਚਿੱਤਰਿਆ ਅਤੇ ਆਖਿਆ, ਇਹ ਮੇਰਾ ਘਰ ਹੈ ਪਾਪਾ, ਤੁਹਾਡਾ ਕਿਹੜਾ ਘਰ ਹੈ? ਮੈਂ ਤਰਪੱਕ ਕੇ ਜਾਗਿਆ, ਮੇਰੇ ਚਿਹਰੇ 'ਚ ਮੇਰੇ ਨਹੁੰ ਖੁੱਭੇ ਹੋਏ ਨੇ। ਤਾਂ ਕਵੀ ਕਹਿੰਦਾ ਕਿ ਜਦੋਂ ਕਵੀ ਦਾ ਦਾਦਾ ਅਤੇ ਉਹਦਾ ਬਾਪ ਉਹਦੇ ਸੱਭਿਆਚਾਰਕ ਵਰਤੋਂ ਵਿਹਾਰ ਬਾਰੇ ਆਪਣੀਆਂ ਟਿੱਪਣੀਆਂ ਦਿੰਦੇ ਨੇ, ਅਤੇ ਤਾਂ ਉਹਦੇ ਬੱਚੇ ਨੇ ਸਲੇਟ ਉੱਤੇ ਇੱਕ ਡਾਇਗ੍ਰਾਮ ਬਣਾਈ ਅਤੇ ਪੁੱਛਣ ਲੱਗੇ ਕਿ ਇਹ ਉਸਦਾ ਘਰ ਹੈ, ਪਰ ਉਹ ਦੱਸੇ ਕਿ ਉਹਦਾ ਘਰ ਕਿਹੜਾ। ਇਹ ਸੁਣ ਕੇ ਕਵੀ ਗੁੱਸੇ ਦੇ ਵਿੱਚ ਜਾ ਕੇ ਉੱਠਿਆ ਅਤੇ ਉਹਨੂੰ ਆਪਣੇ ਚਿਹਰੇ ਦੇ ਵਿੱਚ ਆਪਣੇ ਹੀ ਨਹੁੰ ਖੁੱਭੇ ਦਿਖਾਈ ਦਿੰਦੇ ਨੇ, ਭਾਵ ਜਿਹੜੇ ਉਹਨੇ ਨਵੀਂ ਸੱਭਿਅਤਾ ਦੇ ਨਹੁੰ ਵਧਾਏ ਨੇ ਉਹ ਉਹਦੇ ਹੀ ਚਿਹਰੇ ਉੱਤੇ ਖੋਭੇ ਹੋਏ ਉਹਨੂੰ ਲੱਗਦੇ ਨੇ ਅਤੇ ਉਹਦੇ ਦੁੱਖ ਦਾ ਕਾਰਨ ਬਣਦੇ ਨੇ, ਕਿਉਂਕਿ ਕੇਵਲ ਉਸਦਾ ਦਾਦਾ ਅਤੇ ਬਾਪ ਹੀ ਉਸ ਤੋਂ ਟੁੱਟੇ ਨਹੀਂ ਸੀ ਮਹਿਸੂਸ ਕਰਦੇ, ਸਗੋਂ ਬੱਚਾ ਉਸਦੇ ਨਾਲ ਵੀ ਰਹਿਣ ਲਈ ਤਿਆਰ ਨਹੀਂ ਸੀ, ਤਾਂ ਆਪਣੇ ਲਈ ਅਤੇ ਆਪਣੇ ਬਾਪ ਲਈ ਵੱਖਰਾ ਘਰ ਬਣਾਉਣਾ ਚਾਹੁੰਦਾ ਸੀ, ਤਾਂ ਦੋਹਾਂ ਵਿੱਚ ਆਪਣੇਪਣ ਵਾਲੀ ਕੋਈ ਗੱਲ ਨਹੀਂ ਸੀ ਬਲਕਿ ਓਪਰਾਪਣ ਸੀ। ਅੱਗੇ ਹੈ ਪੁਰਖਿਆਂ ਨਾਲ ਗੱਲਾਂ ਕਰੋ ਅਤੇ ਪੁੱਛੋ ਕਿ ਤੁਹਾਡੇ ਲੱਕ ਦੁਆਲੇ ਤੜਾਗੜੀ ਚੈਨਾ ਭਾਰ ਕੌਣ ਬਣ ਗਿਆ ਹੈ। ਤਾਂ ਇਹਦੇ ਵਿੱਚ ਕਵਿਤਾ ਵਿੱਚ ਕਵੀ ਨੇ ਵੱਡੇ ਵਡੇਰਿਆਂ ਦੁਆਰਾ ਜਿਹੜੇ ਰਸਮਾਂ ਰੀਤਾਂ ਨੇ, ਅੰਧ ਵਿਸ਼ਵਾਸ ਨੇ, ਉਹਨਾਂ ਦੇ ਬੰਨੇ ਜਾਣ 'ਤੇ ਸਮਾਜ ਦੇ ਵਿੱਚ ਜਿਹੜੀ ਵਰਤਾਰਾ ਚੱਲ ਰਿਹਾ ਉਹਦੇ ਪ੍ਰਤੀ ਆਪਣੀ ਉਦਾਸੀਨਤਾ ਭਾਵ ਕਿ ਆਪਣੇ ਰੋਸ ਪ੍ਰਗਟ ਕਰਿਆ ਅਤੇ ਇਹਨਾਂ ਤੋਂ ਅੱਗੇ ਛੁਟਕਾਰਾ ਪਾਉਣ ਦੀ ਪ੍ਰੇਰਣਾ ਦਿੱਤੀ ਆ। ਤਾਂ ਕਵੀ ਕਹਿੰਦਾ ਕਿ
ਆਪਣੇ ਵੱਡੇ ਵਡੇਰਿਆਂ ਨਾਲ ਗੱਲ ਕਰੋ ਅਤੇ ਉਹਨਾਂ ਤੋਂ ਪੁੱਛੋ ਕਿ ਉਹਨਾਂ ਦੇ ਲੱਕਤ ਵਾਲੇ ਤੜਾਗੜੀ ਭਾਵ ਕਿ ਰਸਮਾਂ ਰੀਤਾਂ ਅੰਧ ਵਿਸ਼ਵਾਸ ਇੰਨਾ ਭਾਰ ਕੌਣ ਬੰਨ ਕੇ ਗਿਆ ਅਤੇ ਇਹ ਭਾਰ ਸਹਿਣਯੋਗ ਨਹੀਂ ਹੈ। ਪੁੱਛੋ ਕਿ ਆਪਣਾ ਨਾਨੀ ਨਾਨੀ ਨੂੰ ਅਤੇ ਨਾਨੀ ਮਾਂ ਨੂੰ ਜਿਹੜਾ ਸੰਦੂਕ ਦਿੰਦੀ ਹੈ ਉਸ ਵਿੱਚ ਪਈ ਪਟਾਰੀ ਅੰਦਰ ਪੁਸ਼ਤਾਂ ਦਾ ਟੂਣੇ ਹਾਰ ਤਾਂਬੇ ਦਾ ਪੈਸਾ ਕਦੋਂ ਪਿਘਲਣਾ ਹੈ। ਪੁੱਛੋ ਕਿ ਸਾਰੇ ਦਾ ਸਾਰਾ ਟੱਬਰ ਧਰਤੀ ਦੇ ਸੰਗਣ ਨਾਲ ਵੱਜਾ ਅੰਨੇ ਵਾਹ ਕਿੱਧਰ ਜਾ ਰਿਹਾ। ਤਾਂ ਕਵੀ ਕਹਿੰਦਾ ਕਿ ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਪੁੱਛੋ ਕਿ ਆਪਣਾ ਨਾਨੀ ਨਾਨੀ ਨੂੰ ਨਾਨੀ ਨੂੰ ਤੁਹਾਡੀ ਮਾਂ ਨੂੰ ਦਾਜ ਦੇ ਵਿੱਚ ਜਿਹੜਾ ਸੰਦੂਕ ਦਿੰਦੀ ਹੈ ਉਹਦੀ ਪਟਾਰੀ ਦੇ ਵਿੱਚ ਪਿਆ ਪੁਸ਼ਤਾਂ ਦਾ ਟੂਣੇ ਹਾਰ ਤਾਂਬੇ ਦਾ ਪੈਸਾ ਕਿਸ ਦਿਨ ਪਿਘਲੇਗਾ। ਭਾਵ ਪੁਸ਼ਤਾਂ ਤੋਂ ਕੁੜੀ ਦੇ ਵਿਆਹ ਸਮੇਂ ਦਿੱਤੇ ਦਾਜ ਦੀ ਰਸਮ ਦਾ ਖਰਚਾ ਕਦੋਂ ਬੰਦ ਹੋਊਗਾ। ਅਤੇ ਇਹਨਾਂ ਪੁਰਖਿਆਂ ਨੂੰ ਪੁੱਛੋ ਕਿ ਸਮਾਜਿਕ ਰਸਮਾਂ ਰੀਤਾਂ ਧਰਤੀ ਦੇ ਸੰਗਲ ਦੇ ਨਾਲ ਵੱਜਿਆ ਇਹ ਸਾਰਾ ਟੱਬਰ ਰੂਪੀ ਸਮਾਜ ਕਿੱਧਰ ਨੂੰ ਜਾ ਰਿਹਾ। ਪੁੱਛੋ ਕਿ ਹਰ ਘਰ ਦੀ ਸਰਦਲ ਦੇ ਵਿੱਚ ਕਾਲੇ ਕਿੱਲ ਕਿਸ ਦੱਬੇ ਜੋ ਹਰ ਵਾਰੀ ਪੈਰਾਂ ਲਈ ਸ਼ਰਾਪ ਬਣ ਜਾਂਦੇ। ਪੁੱਛੋ ਕਿ ਸਾਬਤ ਸਬੂਤਾ ਆਦਮੀ ਟੁਕੜਾ ਟੁਕੜਾ ਕੌਣ ਲੈ ਜਾਂਦਾ ਅਤੇ ਆਪਣੇ ਆਪਣੇ ਚੈਣਾਂ ਦਾ ਖਿਡੌਣਾ ਬਣ ਜਾਂਦਾ। ਤਾਂ ਕਵੀ ਕਹਿੰਦਾ ਕਿ ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਪੁੱਛੋ ਕਿ ਹਰ ਘਰ ਦੀ ਸਰਦਲ ਦੇ ਵਿੱਚ ਅੰਧ ਵਿਸ਼ਵਾਸ ਰੂਪੀ ਕਾਲੇ ਕਿੱਲ ਕਿਹਨੇ ਦੱਬੇ ਨੇ ਅਤੇ ਉਹਨਾਂ ਕਾਰਨ ਕਈ ਵਾਰੀ ਮਰਜ਼ੀ ਅਨੁਸਾਰ ਕੋਈ ਕਦਮ ਪੁੱਟਣਾ ਵੀ ਸਮਾਜਿਕ ਵਿਰੋਧ ਕਾਰਨ ਸ਼ਰਾਪ ਬਣ ਜਾਂਦਾ। ਠੀਕ ਹੈ। ਅਤੇ ਇਹ ਪੁੱਛੋ ਕਿ ਕੌਣ ਸਾਬਤ ਸਬੂਤੇ ਆਦਮੀ ਨੂੰ ਟੁਕੜੇ ਟੁਕੜੇ ਕਰਕੇ ਲੈ ਜਾਂਦਾ ਅਤੇ ਆਪਣੇ ਮਨ ਦੀ ਖੁਸ਼ੀ ਲਈ ਉਹ ਆਪ ਖਿਡੌਣਾ ਬਣਾ ਲੈਂਦਾ ਅਤੇ ਭਾਵ ਉਹਨਾਂ ਦਾ ਸ਼ੋਸ਼ਣ ਕਰਦਾ। ਨੈਕਸਟ ਹੈ, ਗੱਲਾਂ ਕਰੋ ਅਤੇ ਆਪਣੇ ਆਪਣੇ ਬੱਚਿਆਂ ਦੀਆਂ ਤੜਾਗੜੀਆਂ ਖੋਲ੍ਹ ਦਿਓ ਦੂਰ ਫੈਲੇ ਘਾਹ ਦੇ ਮੈਦਾਨਾਂ 'ਚ ਹੱਸਣ ਲਈ ਖੁੱਲ੍ਹੇ ਆਕਾਸ਼ ਨਾਲ ਗੱਲਾਂ ਕਰਨ ਲਈ। ਤਾਂ ਕਵੀ ਕਹਿੰਦਾ ਕਿ ਤੁਸੀਂ ਆਪਣੇ ਪੁਰਖਿਆਂ ਨਾਲ ਉਹਨਾਂ ਦੁਆਰਾ ਚਾਲੂ ਜਿਹੜੇ ਰਸਮਾਂ ਰੀਤਾਂ ਬਾਰੇ ਨੇ ਉਹਨਾਂ ਬਾਰੇ ਪੁੱਛ ਗਿੱਛ ਕਰੋ ਅਤੇ ਨਾਲੇ ਆਪਣੇ ਬੱਚਿਆਂ ਦੇ ਜਿਹੜੇ ਲੱਕਾਂ ਦੁਆਲੇ ਤੁਸੀਂ ਰਸਮਾਂ ਰੀਤਾਂ ਤੜਾਗੜੀਆਂ ਬੰਨ ਤੀਆਂ ਉਹਨਾਂ ਨੂੰ ਤੋੜ ਦਿਓ, ਖੋਲ੍ਹ ਦਿਓ ਤਾਂ ਜੋ ਦੂਰ ਤੱਕ ਫੈਲੇ ਘਾਹ ਦੇ ਮੈਦਾਨਾਂ ਵਿੱਚ ਬੇਰੋਕ ਜਾ ਕੇ ਹੱਸ ਖੇਡ ਸਕਣ ਅਤੇ ਖੁੱਲ੍ਹੇ ਆਕਾਸ਼ ਦੇ ਵਿੱਚ ਉੱਚੀਆਂ ਉੱਚੀਆਂ ਉਡਾਰੀਆਂ ਮਾਰ ਸਕਣ। ਹਾਂਜੀ, ਅੱਗੇ ਹੈ, ਕੋਈ ਸੱਚ ਨਹੀਂ ਹੁੰਦਾ, ਮੈਂ ਬਹੁਤ ਸਾਰੀਆਂ ਸਾਜ਼ਿਸ਼ਾਂ ਭੇਦ ਭਰੀਆਂ, ਭੇਦ ਕੀ ਹੋ ਗਿਆ ਰਹੱਸ, ਲੁਕੀ ਹੋਈ ਗੱਲ, ਸਾਜ਼ਿਸ਼ਾਂ ਹੋ ਗਿਆ ਜੁਰਮ ਵਾਲੀਆਂ ਦਾ ਏਕਾ, ਬਦਲਿਆਂ ਦੀ ਭਾਵਨਾ, ਮੁਹੱਬਤ ਦੀਆਂ ਸ਼ੈਬਰਾਂ, ਸ਼ੈਬਰਾਂ ਕੀ ਹੋ ਗਿਆ ਵਰਖਾ, ਨਫ਼ਰਤ ਦੇ ਗੁਬਾਰ, ਗੁਬਾਰ ਕੀ ਹੋ ਗਿਆ ਧੂੰਆਂ। ਠੀਕ ਹੈ। ਅਤੇ ਹਜ਼ਾਰਾਂ ਕਿਸਮ ਦੇ ਲੁਕੋਲਿਆਂ ਨਾਲ ਭਰਿਆ ਸਿੱਧਾ ਸਾਧਾ ਆਦਮੀ ਹਾਂ, ਇੰਝ ਭਰਿਆ ਭਰਾਇਆ ਹੈਰਾਨ ਹਾਂ ਮੈਂ ਕਿ ਇੰਝ ਅਡੋਲ ਤੁਰ ਰਿਹਾ, ਅਡੋਲ ਚ ਭਾਵ ਕਿ ਜੋ ਡੋਲੇ ਨਾ, ਇਸ ਸ਼ਬਦ ਅਡੋਲ ਨੂੰ ਕਾਇਮ ਰੱਖਣ ਲਈ ਮੈਂ ਟੇਢਾ ਜਿਹਾ ਰਿਹਾ। ਹਾਂਜੀ, ਤਾਂ ਇਹਦੇ ਵਿੱਚ ਕਵੀ ਕਹਿ ਰਹੇ ਆ, ਠੀਕ ਹੈ, ਤਾਂ ਪ੍ਰਸੰਗ ਦੇ ਵਿੱਚ ਤਾਂ ਪਹਿਲਾਂ ਤਾਂ ਕਿ ਇਹ ਕੋਈ ਸੱਚ ਨਹੀਂ ਕਵਿਤਾ ਦੇ ਵਿੱਚੋਂ ਲਿਆ ਗਿਆ। ਇਸ ਕਵਿਤਾ ਦੇ ਵਿੱਚ ਕਵੀ ਨੇ ਵਿਅੰਗ ਵਿਧੀ ਵਰਤ ਕੇ ਵਰਤਮਾਨ ਮਨੁੱਖ ਦੇ ਦੁਬਿਧਾ ਭਰੇ, ਠੀਕ ਹੈ, ਅਸੰਤੁਲਿਤ ਜੀਵਨ ਨੂੰ ਪੇਸ਼ ਕੀਤਾ, ਦੁਬਿਧਾ ਭਰੇ ਜੀਵਨ ਨੂੰ ਪੇਸ਼ ਕਰਾਂ ਜੋ ਕਿ ਆਪਣੇ ਸੱਚ ਲੁਕਾ ਕੇ ਰੱਖਦਾ ਅਤੇ ਇਹਨਾਂ ਦੇ ਸਾਹਮਣੇ ਆਉਣ ਤੋਂ ਘਬਰਾਉਂਦਾ। ਤਾਂ ਕਵੀ ਕਹਿੰਦਾ ਕਿ ਉਹ ਆਪਣੇ ਅੰਦਰ ਸਾਰੀਆਂ ਸਾਜ਼ਿਸ਼ਾਂ, ਭੇਤ ਭਰੀਆਂ ਗੱਲਾਂ, ਬਦਲਿਆਂ ਦੀਆਂ ਭਾਵਨਾ, ਪ੍ਰੇਮ ਦੀਆਂ ਸ਼ੈਬਰਾਂ, ਨਫ਼ਰਤ ਦੇ ਧੂੰਏ, ਹਜ਼ਾਰਾਂ ਕਿਸਮ ਦੇ ਲੁੱਕੇ ਜਾਂ ਉਹਲੇ ਵਿੱਚ ਕੀਤੇ ਕੰਮਾਂ ਦੇ ਨਾਲ ਭਰਿਆ ਹਾਂ, ਪਰ ਇਹਦੇ ਬਾਵਜੂਦ ਸਿੱਧਾ ਆਦਮੀ, ਸਿੱਧਾ ਸਾਧਾ ਆਦਮੀ ਕਹਾਉਣਾ, ਅਤੇ ਉਹਨੂੰ ਹੈਰਾਨੀ ਹੈ ਕਿ ਅਜਿਹੀਆਂ ਬੁਰਾਈਆਂ ਨਾਲ ਭਰਿਆ ਹੋਏ ਵੀ ਅਡੋਲ ਤੁਰ ਰਹੇ ਹੈ ਉਹ, ਠੀਕ ਹੈ, ਬੇਫਿਕਰਾ ਹੋਏ ਤੁਰ ਰਹੇ ਆ, ਪਰ ਇਸ ਅਡੋਲਤਾ ਨੂੰ ਕਾਇਮ ਰੱਖਣ ਲਈ ਉਹ ਟੇਢਾ ਜੀਵਨ ਜੀਉ ਰਿਹਾ, ਭਾਵ ਉਹਦੀ ਜੀਵਨ ਸ਼ੈਲੀ ਦੇ ਵਿੱਚ ਕੋਈ ਸੰਤੁਲਨ ਨਹੀਂ ਹੈਗਾ। ਸੋਚਦਾ ਮੇਰੇ ਅੰਦਰ ਇੰਨੇ ਅਸਲੀ ਸੱਚ ਨੇ, ਜੇ ਇਹਨਾਂ ਨੂੰ ਕੋਈ ਸੁਣੇਗਾ ਤੱਕੇਗਾ ਤਾਂ ਹੈਰਾਨ ਹੋਣ ਤੋਂ ਪਹਿਲਾਂ ਮੇਰੇ ਕਤਲ ਦੀ ਸੋਚੇਗਾ, ਇੰਝ ਖੌਫਨਾਕ ਹੁੰਦੇ ਨੇ ਸੱਚ, ਖੌਫਨਾਕ ਕੀ ਹੋ ਗਏ ਡਰਾਉਣੇ, ਸੱਚ ਅਸਲੀ ਕਿ ਬੰਦਾ ਆਪ ਵੀ ਹਜ਼ਾਰਾਂ ਪਾਰਾਂ ਰੌਸ਼ਨੀਆਂ 'ਚ ਘਿਰਿਆ ਦੌੜ ਪੈਂਦਾ।
ਤਾਂ ਕਵੀ ਕਹਿੰਦਾ ਕਿ ਮੇਰੇ ਅੰਦਰ ਬਹੁਤ ਸਾਰੀਆਂ ਸਾਜ਼ਿਸ਼ਾਂ, ਭੇਤ ਬਦਲਿਆਂ ਦੀਆਂ ਭਾਵਨਾ, ਮੁਹੱਬਤ, ਨਫ਼ਰਤ, ਹੋਰ ਹਜ਼ਾਰਾਂ ਕਿਸਮ ਦੇ ਉਹਲੇ ਲੁਕੇ ਪਏ ਨੇ ਜਿਨ੍ਹਾਂ ਨਾਲ ਉਹ ਭਰਿਆ ਹੋਇਆ ਅਤੇ ਸਿੱਧਾ ਸਾਧਾ ਆਦਮੀ ਕਹਾਉਂਦਾ। ਪਰ ਸੋਚਦਾ ਵੀ ਜੇ ਉਹਨਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਕੋਈ ਸੁਣੇਗਾ ਜਾਂ ਇਹਨੂੰ ਦੇਖੇਗਾ ਤਾਂ ਹੈਰਾਨ ਹੋਣ ਤੋਂ ਪਹਿਲਾਂ ਮੈਨੂੰ ਕਤਲ ਕਰਨ ਬਾਰੇ ਸੋਚੂਗਾ। ਅਸਲੀ ਸੱਚ ਇੰਨੇ ਡਰਾਉਣੇ ਹੁੰਦੇ ਨੇ ਕਿ ਬੰਦਾ ਆਪਣੇ ਆਪ ਨੂੰ ਹਜ਼ਾਰਾਂ ਤੇਜ਼ ਰੋਸ਼ਨੀਆਂ ਦੇ ਵਿੱਚ ਵੀ ਘਿਰਿਆ ਹੋਇਆ ਮਹਿਸੂਸ ਕਰਦਾ ਅਤੇ ਉਹਨਾਂ ਤੋਂ ਦੂਰ ਜਾਣ ਲਈ ਦੌੜਨ ਲੱਗ ਪੈਂਦਾ। ਅੱਗੇ ਹੈ, ਸੱਚ ਅਣਕਜਿਆ ਮੰਦਾ, ਇਸੇ ਲਈ ਮੈਨੂੰ ਕਿਸੇ ਇੱਕ ਅਜਿਹੇ ਸ਼ਖਸ ਦੀ ਹੈ ਤਲਾਸ਼, ਦੱਸ ਸਕਾਂ ਜਿਸ ਨੂੰ ਸਾਰੇ ਸੱਚ ਦੋਸਤ ਮਿਹਰਬਾਨ ਹੁੰਦੇ, ਸੱਚ ਸੁਣਨ ਦੇ ਕਾਬਿਲ ਨਹੀਂ ਹੁੰਦੇ। ਕੁਝ ਹਮਾਮ ਕੀ ਹੋਗਾ, ਗੁਸਲਖਾਨਾ, ਠੀਕ ਹੈ, ਅਜਿਹੇ ਵੀ ਹੁੰਦੇ ਨੇ ਜਿੱਥੇ ਕੋਈ ਵੀ ਨੰਗਾ ਨਹੀਂ ਹੁੰਦਾ। ਇਸੇ ਲਈ ਲੱਭ ਰਿਹਾ ਹਾਂ ਮੈਂ ਕੋਈ ਅਜਿਹਾ ਸ਼ਖਸ ਜੋ ਮੈਨੂੰ ਕਤਲ ਤਾਂ ਕਰੇ ਪਰ ਮੇਰੇ ਸੱਚ ਨੂੰ ਨਸ਼ਰ ਹੋਣੋਂ ਬਚਾ ਲਵੇ। ਨਸ਼ਰ ਕੀ ਹੋਗਾ, ਖਰਾਬ, ਖਬਰ ਫੈਲਾਉਣਾ, ਠੀਕ ਹੈ, ਨਸ਼ਰ ਮਤਲਬ ਕਿ ਖਰਾਬ ਨਾ ਹੋਵੇ ਉਹਦੀ ਜਿਹੜੀ ਇੱਜ਼ਤ ਹੈ, ਖਬਰ ਫੈਲਾਉਣਾ, ਪ੍ਰਗਟ ਕਰਨਾ, ਠੀਕ, ਅਤੇ ਆਪਣੇ ਸਾਰੇ ਸੱਚ ਮੇਰੇ ਤੋਂ ਲੁਕਾ ਰੱਖੇ। ਤਾਂ ਕਵੀ ਕਹਿੰਦਾ ਕਿ ਜੇਕਰ ਜੇ ਸੱਚ ਢੱਕਿਆ ਨਾ ਹੋਵੇ ਤਾਂ ਬਹੁਤ ਬੁਰਾ ਹੁੰਦਾ, ਅਤੇ ਇਸੇ ਕਰਕੇ ਉਸਨੇ ਅਜਿਹੇ ਬੰਦੇ ਦੀ ਤਲਾਸ਼ ਹੈ ਜਿਸ ਨੂੰ ਉਹ ਆਪਣੇ ਅੰਦਰ ਲੁਕੇ ਹੋਏ ਸਾਰੇ ਸੱਚ ਦੱਸ ਸਕੇ। ਦੋਸਤ ਮਿਹਰਬਾਨ ਤਾਂ ਜ਼ਰੂਰ ਹੁੰਦੇ ਨੇ ਪਰੰਤੂ ਉਹ ਸੱਚ ਸੁਣਨ ਦੇ ਕਾਬਲ ਵੀ ਨਹੀਂ ਹੁੰਦੇ। ਕੁਝ ਗੁਸਲਖਾਨੇ ਅਜਿਹੇ ਹੁੰਦੇ ਜਿੱਥੇ ਕੋਈ ਵੀ ਨੰਗਾ ਨਹੀਂ ਹੋਣਾ ਚਾਹੁੰਦਾ, ਇਸੇ ਕਰਕੇ ਕੋਈ ਅਜਿਹਾ ਬੰਦਾ ਲੱਭ ਰਿਹਾ ਉਹ ਜਿਹੜਾ ਉਸਨੂੰ ਕਤਲ ਤਾਂ ਬੇਸ਼ੱਕ ਕਰ ਦੇਵੇ ਪਰ ਉਹਦੇ ਸੱਚ ਨੂੰ ਸਾਹਮਣੇ ਆਉਣ ਤੋਂ ਬਚਾ ਸਕੇ ਅਤੇ ਨਾਲ ਹੀ ਆਪਣੇ ਸਾਰੇ ਸੱਚ ਵੀ ਉਹਤੋਂ ਲੁਕਾ ਕੇ ਰੱਖੇ। ਅੱਗੇ ਹੈ ਪੁੱਠੀ ਛਾਲ, ਹਾਂਜੀ, ਦਿਲ ਕਰਦਾ ਹੈ ਛਾਲ ਕੋਈ ਪੁੱਠੀ ਮਾਰਾਂ ਟੱਪ ਜਾਵਾਂ, ਇਹ ਛੋਟੇਪਣ ਦੀਆਂ ਨਿੱਕੀਆਂ ਨਿੱਕੀਆਂ ਭੀੜਾਂ, ਰਹੂ ਰੀਤਾਂ ਦੇ ਰਸਤੇ, ਸੰਸਕਾਰ ਦੇ ਟੋਏ ਟਿੱਬੇ ਟੱਪ ਜਾਵਾਂ। ਹਾਂਜੀ, ਤਾਂ ਇਹ ਪੁੱਠੀ ਛਾਲ ਕਵਿਤਾ ਦੇ ਵਿੱਚੋਂ ਲਿਆ ਗਿਆ ਕਾਵਿ ਟੋਟਾ। ਇਸ ਕਵਿਤਾ ਦੇ ਵਿੱਚ ਕਵੀ ਨੇ ਵਰਤਮਾਨ ਮਨੁੱਖ ਦੇ ਆਪਣੇ ਪਿੱਛੇ ਨਾਲੋਂ ਲਗਾਓ, ਠੀਕ ਹੈ, ਅਤੇ ਅਸ਼ੋਹ ਸਿਖਰਾਂ ਨੂੰ ਪਾਉਣ ਦੀ ਇੱਛਾ ਦੇ ਕਾਰਨ ਜਿਹੜੇ ਉਹਦੇ ਮਨ ਦੇ ਵਿੱਚ ਦੁਵਿਧਾ ਹੁੰਦੀ ਉਹ ਉਹਨੂੰ ਪੇਸ਼ ਕਰਿਆ। ਤਾਂ ਕਵੀ ਕਹਿੰਦਾ ਕਿ ਉਹਦਾ ਦਿਲ ਕਰਦਾ ਕਿ ਉਹ ਅਜਿਹੀ ਪੁੱਠੀ ਛਾਲ ਮਾਰੇ ਜਿਹਦੇ ਨਾਲ ਉਹ ਛੋਟੇ ਪਾਉਂਦੇ ਨਿੱਕੀਆਂ ਨਿੱਕੀਆਂ ਬਹੁਤ ਸਾਰੀਆਂ ਗੱਲਾਂ, ਰਹੋ ਰੀਤਾਂ, ਬੰਧਾਂ ਅਤੇ ਸੰਸਕਾਰਾਂ ਦੇ ਟੋਏ ਟਿੱਬੇ ਟੱਪ ਕੇ ਉਹਨਾਂ ਤੋਂ ਮੁਕਤ ਹੋ ਜਾਵੇ। ਪੁੱਠੀ ਛਾਲ 'ਚ ਦੇਖਾਂ ਜੰਮਣ ਭੋਂ ਕੀ ਹੁੰਦੀ ਹੈ, ਕੀ ਬਣ ਜਾਂਦਾ ਪਿੰਡ ਛੱਡ ਦਿੱਤਾ ਜੋ ਦੇਖਾਂ, ਮਾਂ ਦਾ ਚਿਹਰਾ ਬਾਪ ਦੀ ਪਗੜੀ, ਜਿੰਨਾ ਸਦਕਾ ਪੁੱਤ ਮਾਰ ਦੇ ਪੁੱਠੀ ਛਾਲ। ਪੁੱਠੀ ਛਾਲ 'ਚੋਂ ਸਰਵਣ ਪਾਣੀ ਲੈਣ ਗਏ ਨਾ ਮੁੜਦੇ, ਪੁਰਖੇ ਮੰਗਦੇ ਪਾਣੀ। ਹਾਂਜੀ, ਕਵੀ ਕਹਿੰਦਾ ਹੈ ਕਿ ਉਹਦਾ ਜੀ ਕਰਦਾ ਕਿ ਉਹ ਇੱਕ ਉੱਚੀ ਪੁੱਠੀ ਛਾਲ ਮਾਰ ਕੇ ਦੇਖੇ ਕਿ ਜੰਮਣ ਭੋਂ ਕੀ ਹੁੰਦੀ ਹੈ, ਜਦੋਂ ਬੰਦਾ ਪਿੰਡ ਛੱਡ ਜਾਂਦਾ ਤਾਂ ਉਹਦਾ ਕੀ ਬਣ ਜਾਂਦਾ, ਤਾਂ ਉਸਦਾ ਕੀ ਬਣ ਜਾਂਦਾ, ਅਤੇ ਉਹ ਉਸਦਾ ਮਾਂ ਬਾਪ ਦੀ ਪਗੜੀ ਨੂੰ ਦੇਖਣਾ ਚਾਹੁੰਦਾ ਜਿਹਨਾਂ ਸਦਕੇ ਪੁੱਤਰ ਪੁੱਠੀ ਛਾਲ ਮਾਰ ਕੇ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ, ਨੌਕਰੀ ਜਾਂ ਕਾਰੋਬਾਰ ਕਰਨ ਲਈ ਚੱਲੇ ਜਾਂਦੇ ਨੇ, ਪਿੱਛੇ ਦੇਖਦੇ ਵੀ ਨਹੀਂ, ਅਤੇ ਪੁੱਠੀ ਛਾਲ ਮਾਰਦੇ ਹੋਏ ਜੋ ਕਿ ਸਰਵਣ ਪੁੱਤਰ ਮਾਂ ਬਾਪ ਦੀ ਸੇਵਾ ਕਰਨ ਲਈ ਪਾਣੀ ਲੈਣ ਗਏ ਮੁੜਕੇ ਨਹੀਂ ਆਉਂਦੇ, ਅਤੇ ਪਿੱਛੇ ਉਹਨਾਂ ਦੇ ਵੱਡੇ ਪਾਣੀ ਮੰਗਦੇ ਹੀ ਰਹਿ ਜਾਂਦੇ ਨੇ। ਮਾਰਾਂ ਦੋਹਰੀ ਪੁੱਠੀ ਛਾਲ ਹੋਰ ਉਹ ਤਾਂ ਹੋ ਜਾਵਾਂ, ਗਿਆਨ ਦਾ ਛਿੱਟਾ ਟਿਕਣ ਨਾ ਦਿੰਦਾ, ਭਟਕਣ ਨਾ ਭਰੋਸਾ, ਪਰ ਇਸ ਚਾਨਣ ਅੰਦਰ ਇੱਕੋ ਸ਼ਬਦ ਜਗਾਉਣਾ ਪੁੱਠੀ ਛਾਲ 'ਚ ਦੇਖਾਂ ਦਫ਼ਤਰ ਦਸਖਤ ਖਾ ਜਾਂਦਾ ਇੱਕ ਡੂੰਘਾ ਬੂਹਾ, ਬੰਦੇ ਦਾ ਕੱਦ ਬੁੱਤ ਰੰਗ ਨਵੇਲਾ, ਪਰ ਇਸ ਬੂਹੇ ਅੰਦਰ ਫਸਿਆ ਅਕਸ ਕਿਸੇ ਪੱਟ ਹੋਵੇ। ਹਾਂਜੀ, ਕਵੀ ਕਹਿੰਦਾ ਕਿ ਉਹ ਚਾਹੁੰਦਾ ਕਿ ਦੋਹਰੀ ਪੁੱਠੀ ਛਾਲ ਮਾਰ ਕੇ ਕੋਈ ਹੋਰ ਉੱਪਰ ਚਲਾ ਜਾਵੇ, ਗਿਆਨ ਭਾਵ ਉੱਚਾ ਗਿਆਨ ਦਾ ਪਸਾਰਾ ਉਹਨੂੰ ਟਿਕਣ ਨਹੀਂ ਦਿੰਦਾ, ਪਰ ਇਹਦੇ ਚਾਨਣ ਅੰਦਰ ਉੱਚਾ ਗਿਆਨ ਪ੍ਰਾਪਤ ਕਰਕੇ ਵੀ ਉਹਦੇ ਪੱਲੇ ਭਟਕਣ ਅਤੇ ਬੇਭਰੋਸਗੀ ਹੀ ਪੈਦਾ ਹੁੰਦੀ ਆ।
ਇਸ ਤੋਂ ਅੱਗੇ ਉਹ ਨੌਕਰੀ ਕਰਦਾ ਅਤੇ ਦਫ਼ਤਰ ਦੇ ਕਾਗਜ਼ ਉੱਤੇ ਦਸਤਖਤ ਕਰਦਾ ਰਹਿ ਜਾਂਦਾ ਅਤੇ ਉਹਦੇ ਕੱਦ ਬੁੱਤ ਉੱਤੇ ਨਵੇਂ ਚੜ੍ਹੇ ਰੰਗ ਨੂੰ ਦਫ਼ਤਰ ਦਾ ਇੱਕ ਡੂੰਘਾ ਬੂਹਾ ਹੀ ਖਾ ਜਾਂਦਾ ਜਿਹਦੇ ਵਿੱਚ ਫਸਿਆ ਉਹ ਬਾਹਰ ਨਹੀਂ ਨਿਕਲ ਸਕਦਾ। ਦੇਖਾਂ ਪੁੱਠੀ ਛਾਲ 'ਚ ਦੇਖਾਂ ਰੁਕ ਕੇ ਏਰੀਅਲ ਸ਼ਾਟ ਬਣਾ ਕੇ ਘਰ ਦਾ ਨਕਸ਼ਾ ਟੇਢਾ ਦੂਜੇ ਪਾਸੇ ਬਹਿੰਗੀ ਬਾਜਾ ਮਾਰੇ ਖਬਰਾਂ ਨਹੀਂ ਕਿੱਦਾਂ ਡਿੱਗ ਜਾਵੇ ਛਾਲ। ਤਾਂ ਕਵੀ ਕਹਿੰਦਾ ਉਹ ਪੁੱਠੀ ਛਾਲ ਮਾਰ ਕੇ ਉੱਚਾ ਪਹੁੰਚ ਕੇ ਰੁਕਦਾ ਹਵਾ ਵਿੱਚੋਂ ਕਲਪਨਾ ਵਿੱਚ ਆਪਣੇ ਪਿੰਡ ਦੇ ਘਰ ਦੇ ਟੇਢੇ ਹੋਏ ਨਕਸ਼ੇ ਨੂੰ ਦੇਖਦਾ ਅਤੇ ਨਾਲ ਹੀ ਉੱਥੇ ਬੈਠੇ ਮਾਤਾ ਪਿਤਾ ਜਿਨ੍ਹਾਂ ਦੀ ਸੇਵਾ ਦੀ ਜ਼ਰੂਰਤ ਹੈ ਉਹਨੂੰ ਹੁੰਦੀ ਹੈ ਜਿਨ੍ਹਾਂ ਨੂੰ ਜੀਵਾ ਸੇਵਾ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਵਹਿੰਗੀ ਉਹਨੂੰ ਆਵਾਜ਼ਾਂ ਮਾਰਦੀ ਹੈ ਅਤੇ ਇਸ ਸਥਿਤੀ ਦੇ ਵਿੱਚ ਉਹ ਦੁਵਿਧਾ ਬਣੀ ਰਹਿੰਦੀ ਹੈ ਕਿ ਪਤਾ ਨਹੀਂ ਕਦੋਂ ਉਹਦੇ ਛਾਲ ਖਤਮ ਹੋ ਜਾਵੇ ਅਤੇ ਉਹ ਹੇਠਾਂ ਆ ਜਾਵੇ। ਏਰੀਅਲ ਸ਼ੋਟ ਹੋ ਗਿਆ ਹਵਾ ਵਿੱਚੋਂ ਕੈਮਰੇ ਨਾਲ ਚੀਜ਼ਾਂ ਜਾਂ ਕਿਸੇ ਮਤਲਬ ਕਿ ਹਵਾ ਦੇ ਵਿੱਚੋਂ ਫੋਟੋ ਖਿੱਚਣੀ ਠੀਕ ਹੈ ਕੈਮਰੇ ਦੇ ਨਾਲ। ਅੱਗੇ ਹੈ ਛੂ ਜਾਵਾਂ ਆਕਾਸ਼ ਟੱਪ ਜਾਵਾਂ ਇਹ ਜਾਲ ਸਮੁੰਦਰ ਨਦੀਆਂ ਤਾਰੇ ਜੰਗਲ ਹੱਦਾਂ ਬੰਨੇ ਸ਼ਾਮ ਢਲ ਗਈ ਢਲ ਚੱਲੀ ਛਾਲ ਮੁੱਕ ਚੱਲੀ ਨਿੱਕਾ ਜਿਹਾ ਬਿੰਦੂ ਅਤੇ ਇਸ ਬਿੰਦੂ ਨੂੰ ਛੋਹਣ ਗਿਆ ਨਾ ਪਰਤਾਂ ਬਿੰਦੂ ਵਿੱਚ ਫਸ ਜਾਂ ਰਹਿ ਜਾਂ ਘੁੱਲ ਜਾਂ ਬਿੰਦੂ ਹੋ ਜਾਂ ਮੁੜ ਕੇ ਆਵਾਂ ਨਾ ਆਵਾਂ ਪਰ ਮਾਰ ਕੇ ਦੇਖਾਂ ਬਿੰਦੂ ਤੋਂ ਵੀ ਉੱਪਰ ਛਾਲ ਪੁੱਠੀ। ਤਾਂ ਕਵੀ ਵਿਆਖਿਆ ਦੇ ਵਿੱਚ ਕਵੀ ਕਹਿੰਦਾ ਕਿ ਉਹ ਪੁੱਠੀ ਛਾਲ ਮਾਰ ਕੇ ਹਰ ਪ੍ਰਕਾਰ ਦੇ ਬੰਧਨ ਸਮੁੰਦਰ ਨਦੀਆਂ ਤਾਰਿਆਂ ਜੰਗਲਾਂ ਹੱਦ ਬੰਨੇ ਟੱਪ ਕੇ ਆਕਾਸ਼ ਸ਼ੋਹ ਪ੍ਰਾਪਤ ਲੈਣਾ ਚਾਹੁੰਦਾ ਪਰ ਜ਼ਿੰਦਗੀ ਦੀ ਸ਼ਾਮ ਢਲ ਚੁੱਕੀ ਹੈ ਅਤੇ ਛਾਲ ਦੇ ਮੁੱਕਣ ਦਾ ਸਮਾਂ ਆ ਗਿਆ ਪਰ ਅਜੇ ਵੀ ਉਹ ਆਪਣੀ ਲਾਲਸਾ ਨੂੰ ਨਿੱਕੇ ਨਿੱਕੇ ਜਿਹੇ ਬਿੰਦੂ ਨੂੰ ਛੋਹਣਾ ਚਾਹੁੰਦਾ ਅਤੇ ਉਹਨੂੰ ਡਰ ਹੈ ਕਿ ਉਸ ਨੂੰ ਛੋਹਣ ਗਿਆ ਸ਼ਾਇਦ ਉਹ ਪਰਤ ਕੀ ਨਾ ਆਵੇ ਅਤੇ ਉਸ ਬਿੰਦੂ ਵਿੱਚ ਫਸ ਜਾਵੇ ਅਤੇ ਉੱਥੇ ਹੀ ਰਹਿ ਜਾਵੇ ਅਤੇ ਬਿੰਦੂ ਵਿੱਚ ਹੀ ਘੁੱਲ ਜਾਵੇ ਅਤੇ ਸ਼ਾਇਦ ਉਹ ਉੱਥੋਂ ਮੁੜ ਕੇ ਨਾ ਆ ਸਕੇ ਅਤੇ ਇਸ ਅਹਿਸਾਨ ਦੇ ਬਦਲੇ ਪੁੱਠੀ ਛਾਲ ਮਾਰ ਕੇ ਇਸ ਬਿੰਦੂ ਤੋਂ ਉੱਪਰ ਉੱਠ ਜਾਣਾ ਚਾਹੁੰਦਾ। ਅੱਗੇ ਹੈਗੇ ਨੇ ਸ਼ੋਰਟ ਕੁਐਸਚਨ। ਨਵਤੇਜ ਭਾਰਤੀ ਹਾਂਜੀ 2023 ਦੇ ਵਿੱਚ ਆਏ ਹੋਏ। ਜੇ ਮੈਂ ਤੁਰਦਾ ਤੁਰਦਾ ਖੜ ਜਾਵਾਂ ਤਾਂ ਮੇਰੇ ਪੈਰ ਉਹਨੂੰ ਦੇ ਦੇਣੇ ਜੋ ਤੁਰਦੇ ਹਨ ਅੱਖਾਂ ਉਹਨਾਂ ਨੂੰ ਜੋ ਵੇਖਦੇ ਹਨ ਦਿਲ ਉਹਨਾਂ ਨੂੰ ਜੋ ਪਿਆਰ ਕਰਦੇ ਨੇ। ਤਾਂ ਇਹ ਕਾਵਿ ਟੋਟਾ ਜਿਹੜੇ ਕਿ ਜੋ ਤੁਰਦੇ ਹਨ ਕਵਿਤਾ ਦੇ ਵਿੱਚੋਂ ਲਿਆ ਗਿਆ ਨਵਤੇਜ ਭਾਰਤੀ ਦੇ ਇਹ ਇੱਕ ਕਵਿਤਾ ਇਹ ਮਾਨਵੀ ਭਾਵਾਂ ਨਾਲ ਭਰੀ ਹੋਈ ਕਵਿਤਾ ਠੀਕ ਹੈ। ਤਾਂ ਕਵੀ ਕਹਿੰਦਾ ਕਿ ਜੇਕਰ ਉਹ ਤੁਰਦਾ ਤੁਰਦਾ ਰੁਕ ਜਾਵੇ ਤਾਂ ਉਦੋਂ ਅੱਗੇ ਉਹਦੀ ਤੋਰ ਰੁਕ ਜਾਵੇ ਤਾਂ ਉਹਦੇ ਪੈਰ ਉਹਨਾਂ ਨੂੰ ਦੇ ਦੇਣੇ ਜਿਹੜੇ ਤੁਰ ਰਹੇ ਹੋਣ ਜੇ ਅਤੇ ਜੇ ਉਹਦੀ ਅੱਖਾਂ ਅੱਗੋਂ ਦੇਖਣੋਂ ਹਟ ਜਾਣ ਤਾਂ ਉਹਨਾਂ ਨੂੰ ਦੇ ਦੇਣੀਆਂ ਜੋ ਵੇਖਦੇ ਹਨ ਅਤੇ ਉਹਦਾ ਜੇ ਉਹ ਪਿਆਰ ਕਰਨ ਨੂੰ ਰੁਕ ਗਿਆ ਤਾਂ ਦਿਲ ਉਹਨਾਂ ਨੂੰ ਦੇ ਦੇਣੇ ਨੇ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ। ਅੱਗੇ ਹੈ ਦੀਵੇ ਦਾ ਕਰਮ। ਮੈਂ ਚੁਰਸਤੇ ਵਿੱਚ ਦੀਵਾ ਜਗਾ ਦਿੱਤਾ ਦੀਵੇ ਦਾ ਕਰਮ ਰੌਸ਼ਨੀ ਦੇਣਾ ਹੈ ਰਾਹ ਦੱਸਣਾ ਨਹੀਂ। ਤਾਂ ਇਹ ਵੀ ਜਿਹੜੇ ਕਿ ਦੀਵੇ ਦਾ ਭਰਮ ਕਵਿਤਾ ਦੇ ਵਿੱਚੋਂ ਲਿਆ ਗਿਆ ਨਵਤੇਜ ਭਾਰਤੀ ਦੇ ਜਿਹੜੀ ਕਵਿਤਾ ਦੇ ਵਿੱਚੋਂ ਲਿਆ ਗਿਆ ਇੱਕ ਲਘੂ ਕਵਿਤਾ ਇਹ। ਤਾਂ ਇਹਦੇ ਵਿੱਚ ਕਵੀ ਨੇ ਕਿਹਾ ਕਿ ਮਨੁੱਖ ਨੂੰ ਗਿਆਨ ਦੀ ਰੌਸ਼ਨੀ ਪ੍ਰਾਪਤ ਕਰਕੇ ਵੀ ਆਪ ਰਾਹ ਚੁਣਨਾ ਪੈਂਦਾ ਠੀਕ ਆ ਵੀ ਗਿਆਨ ਦੀ ਰੌਸ਼ਨੀ ਪ੍ਰਾਪਤ ਕਰਕੇ ਵੀ ਆਪ ਰਾਹ ਚੁਣਨਾ ਪੈਂਦਾ ਵੀ ਉਹਨੇ ਕੀ ਕਰਨਾ। ਤਾਂ ਕਵੀ ਕਹਿੰਦਾ ਕਿ ਉਹਨੇ ਚੁਰਸਤੇ ਦੇ ਵਿੱਚ ਦੀਵਾ ਜਗਾ ਤਾ ਦੀਵੇ ਦਾ ਕੰਮ ਆ ਸਿਰਫ ਰੌਸ਼ਨੀ ਦੇਣਾ ਰਾਹ ਦੱਸਣਾ ਨਹੀਂ ਹੈਗਾ ਭਾਵ ਵਿੱਦਿਆ ਅਤੇ ਗਿਆਨ ਜਿਹੜੀ ਰੌਸ਼ਨੀ ਸਮਾਨ ਨੇ ਉਹ ਆਪਾਂ ਨੂੰ ਜਿਹੜੀ ਆਪਾਂ ਵਿੱਦਿਆ ਹਾਸਲ ਕਰਦੇ ਅਤੇ ਗਿਆਨ ਉਹ ਰੌਸ਼ਨੀ ਦੀ ਤਰ੍ਹਾਂ ਨੇ ਜਿਨ੍ਹਾਂ ਦੀ ਸਹਾਇਤਾ ਨਾਲ ਮਨੁੱਖ ਆਪਣਾ ਰਾਹ ਆਪ ਚੁਣਦਾ
ਅਤੇ ਮੰਜ਼ਿਲ ਉੱਤੇ ਪਹੁੰਚਣ ਲਈ ਆਪ ਅੱਗੇ ਵੱਧਦਾ। ਅੱਗੇ ਹੈ ਬਾਰੀ ਵਿੱਚੋਂ ਝਾਕ ਕੇ ਵਿਰਸ਼ ਮਾਰ ਕੇ ਦੇ ਕੇ ਹਾਕ, ਕੀਕਣ ਆਈਏ ਲੰਘ ਕੇ ਬੂਹੇ ਵੱਜਿਆ ਤਾਕ। ਤਾਕ ਹੋ ਗਿਆ ਤਖ਼ਤ। ਅੰਦਰ ਬੁਸ ਬੁਸ ਤਰੱਕ ਕੇ, ਬੁਸ ਬੁਸ ਮਤਲਬ ਕਿ ਬੋ ਮਾਰਨੀ, ਬਦਬੂ ਮਾਰਨੀ, ਤਰੱਕ ਕੇ ਗਲ ਸੜ ਕੇ। ਇੱਕ ਦਿਨ ਹੋਸੇ ਖਾਕ, ਹਨੇਰੇ ਦੇ ਵਿੱਚ ਗਰਕਿਆ ਰਤਾ ਕੁ ਬਾਹਰ ਝਾਕ। ਤਾਂ ਇਹ ਬਾਰੀ ਵਿੱਚੋਂ ਝਾਕ ਕੇ ਕਵਿਤਾ ਵਿੱਚੋਂ ਲੈ ਗਿਆ ਕਾਵਿ ਟੋਟਾ। ਇਸ ਕਵਿਤਾ ਵਿੱਚ ਕਵੀ ਨੇ ਨਿਰਾਸ਼ਤਾ ਅਤੇ ਉਦਾਸੀਨਤਾ ਵਿੱਚ ਗਰਕ ਕੇ ਨਿਸ਼ਕਾਰਿਆ ਹੋਇਆ ਮਨੁੱਖ ਨੂੰ ਕਰਮਸ਼ੀਲ, ਠੀਕ ਹੈ, ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਆ। ਤਾਂ ਕਵੀ ਕਹਿੰਦਾ ਕਿ ਹੇ ਨਿਰਾਸ਼ਤਾ ਅਤੇ ਉਦਾਸੀਨਤਾ ਦੇ ਹਨੇਰੇ ਵਿੱਚ ਗਰਕ ਕੇ ਨਿਸ਼ਕਰਿਆ ਹੋਇਆ ਇਨਸਾਨ, ਰਤਾ ਬਾਹਰ ਝਾਕ, ਦੇਖ ਕੁਦਰਤ ਦੇ ਵਿੱਚ ਹਰ ਇੱਕ ਚੀਜ਼ ਕਿਰਿਆਸ਼ੀਲ ਆ। ਵਿਰਸ਼ ਤੇਰੀ ਬਾਰੀ ਦੇ ਵਿੱਚੋਂ ਝਾਕ ਕੇ ਤੈਨੂੰ ਹੱਕਾ ਮਾਰ ਕੇ ਬੁਲਾ ਰਹੇ ਨੇ। ਅਤੇ ਉਹ ਕਹਿੰਦੇ ਨੇ ਕਿ ਕਿਰਿਆਸ਼ੀਲ ਹੋਣ ਦੀ ਪ੍ਰੇਰਣਾ ਦੇਣ ਲਈ ਕਿਵੇਂ ਅੰਦਰ ਲੰਘ ਕੇ ਆ ਸਕਦੇ ਨੇ ਉਹ, ਅਤੇ ਉਹ ਤੇਰੇ ਬੂਹੇ ਦਾ ਤਖ਼ਤਾ ਬੰਦ ਹੈ, ਅਤੇ ਉਹ ਅੰਦਰ ਬੈਠਾ ਬੈਠਾ ਬੁਸ ਜਾਵੇਗਾ, ਤਰੱਕ ਜਾਵੇਗਾ, ਅਤੇ ਇੱਕ ਦਿਨ ਮਰ ਕੇ ਮਿੱਟੀ ਬਣ ਜਾਊਗਾ, ਅਤੇ ਉਹਨੂੰ ਬਾਹਰ ਨਿਕਲ ਕੇ ਕਿਰਿਆਸ਼ੀਲ ਹੋਣਾ ਚਾਹੀਦਾ। ਪੌਣ ਦਸਤਕ ਦਿੰਦੀਆਂ ਬੂਹੇ ਉੱਤੇ ਆਣ ਕੇ, ਸਰਦਲ ਉੱਤੇ ਬੈਠ ਕੇ ਪੰਛੀ ਗੀਤ ਹਲਾਣ, ਝੀਤਾਂ ਵਿੱਚ ਦੀ ਲੰਘ ਕੇ ਧੁੱਪਾਂ ਅੰਦਰ ਜਾਣ, ਬਾਹਰ ਮੇਲਾ ਲੱਗਿਆ ਅੰਦਰ ਸੁਣ ਮਸਾਣ। ਤਾਂ ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਨਿਰਾਸ਼ਤਾ ਅਤੇ ਉਦਾਸੀਨਤਾ ਦੇ ਕਾਰਨ ਜਿਹੜਾ ਨਿਸ਼ਕਿਰਿਆ ਹੋਇਆ ਪਿਆ ਅਕਿਰਿਆਸ਼ੀਲ ਮਨੁੱਖ, ਉਹਨੂੰ ਕਹਿੰਦਾ ਕਿ ਉਹ ਬੂਹਾ ਬੰਦ ਕਰਕੇ ਅੰਦਰ ਬੈਠੇ ਇਨਸਾਨ, ਦੇਖ ਬਾਹਰ ਕਿ ਸਾਰੀ ਚੀਜ਼ ਕਿਵੇਂ ਕਿਰਿਆਸ਼ੀਲ ਹੈ। ਕੁਦਰਤ ਵੀ ਉਹਨੂੰ ਕਹਿ ਰਹੀ ਹੈ ਕਿ ਕਿਰਿਆਸ਼ੀਲ ਹੋਣ ਲਈ ਪ੍ਰੇਰਿਤ ਕਰ ਰਹੀ ਆ। ਪੌਣਾ ਹਵਾ ਉਹਦੇ ਬੂਹੇ ਉੱਤੇ ਦਸਤਖਤ ਦੇ ਰਹੀਆਂ ਨੇ, ਅਤੇ ਪੰਛੀ ਸਰਦਲ ਉੱਤੇ ਬੈਠ ਕੇ ਗੀਤ ਗਾ ਰਹੇ ਨੇ, ਧੁੱਪਾਂ ਉਹਦੇ ਬੂਹੇ ਦੀਆਂ ਅੰਦਰ ਆ ਕੇ ਉਹਨੂੰ ਚੇਤਨ ਕਰ ਰਹੀਆਂ ਨੇ। ਇਸ ਤਰ੍ਹਾਂ ਬਾਹਰ ਤਾਂ ਮੇਲਾ ਲੱਗਿਆ ਹੋਇਆ ਪਰ ਉਹਦੇ ਅੰਦਰ ਸੁਣ ਮਸਾਣ ਛਾਈ ਹੋਈ ਆ, ਅਤੇ ਉਹਨੂੰ ਇਸ ਸਥਿਤੀ ਦੇ ਵਿੱਚੋਂ ਨਿਕਲ ਕੇ ਕੁਦਰਤ ਦੇ ਮੇਲੇ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਦਰਿਆ ਵਿੱਚੋਂ ਵਗਦਾ ਹੈ ਬਸ ਵਗਦਾ ਹੈ, ਫੁੱਲ ਜਦੋਂ ਖਿੜਦਾ ਹੈ ਬਸ ਖਿੜਦਾ ਹੈ, ਪੰਛੀ ਜਦੋਂ ਗਾਉਂਦਾ ਹੈ ਬਸ ਗਾਉਂਦਾ ਹੈ। ਤਾਂ ਇਹਦੇ ਵਿੱਚ ਇਹ ਹੈ ਦਰਿਆ ਦੇ ਵਿੱਚ, ਦਰਿਆ ਜਦੋਂ ਵਗਦਾ ਕਵਿਤਾ ਦੇ ਵਿੱਚੋਂ ਲਿਆ ਗਿਆ। ਇਸ ਵਿੱਚ ਕਵੀ ਨੇ ਮਨੁੱਖ ਦੀ ਮਾਨਸਿਕ ਅਵਸਥਾ ਨੂੰ ਪੇਸ਼ ਕੀਤਾ। ਤਾਂ ਕਵੀ ਕਹਿੰਦਾ ਕਿ ਜਦੋਂ ਦਰਿਆ ਵਗਦਾ ਤਾਂ ਉਹ ਵਗਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦਾ, ਠੀਕ ਹੈ, ਤਾਂ ਉਹ ਦਰਿਆ ਹੀ ਰਹਿਣਾ ਚਾਹੁੰਦਾ। ਫੁੱਲ ਜਦੋਂ ਖਿੜਦਾ ਤਾਂ ਖਿੜਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦਾ, ਕਿਉਂਕਿ ਉਹ ਫੁੱਲ ਤੋਂ ਬਿਨਾਂ ਹੋਰ ਕੁਛ ਨਹੀਂ ਬਣਨਾ ਚਾਹੁੰਦਾ। ਇਸੇ ਤਰ੍ਹਾਂ ਪੰਛੀ ਜਦੋਂ ਗਾਉਂਦਾ ਤਾਂ ਉਹ ਗਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਾ ਚਾਹੁੰਦਾ, ਕਿਉਂਕਿ ਪੰਛੀ ਤੋਂ ਇਲਾਵਾ ਹੋਰ ਕੁਝ ਨਹੀਂ ਬਣਨਾ ਚਾਹੁੰਦਾ। ਪਰ ਮਨੁੱਖ ਦਾ ਵਿਵਹਾਰ ਅਜਿਹਾ ਨਹੀਂ, ਸ਼ਾਇਦ ਕੁਝ ਹੋਰ ਬਣਨਾ ਚਾਹੁੰਦਾ ਉਹ, ਠੀਕ ਹੈ। ਇਹ ਮਨੁੱਖ ਹੀ ਹੈ ਜੋ ਮਨੁੱਖ ਬਣਨ ਲਈ ਜ਼ੋਰ ਲਾਉਂਦਾ ਆਪਣੇ ਆਪ ਨੂੰ, ਕਦੇ ਰੱਬ ਦੇ ਸਾਂਚੇ 2018 ਦੇ ਵਿੱਚ ਆਇਆ ਹੋਇਆ ਸਾਂਚੇ ਵਿੱਚ ਢਾਲਦਾ, ਕਦੇ ਦੇਵਤਾ ਨਾ ਰੱਬ ਬਣਦਾ ਨਾ ਮਨੁੱਖ ਰਹਿੰਦਾ। ਤਾਂ ਕਵੀ ਕਹਿੰਦਾ ਕਿ ਦਰਿਆ, ਫੁੱਲ, ਪੰਛੀ, ਕੁਦਰਤ ਦੀ ਹਰ ਚੀਜ਼ ਦੇ ਵਿੱਚ ਆਪਣੇ ਆਪ ਦੇ ਵਿੱਚ ਸੰਤੁਸ਼ਟ ਨੇ, ਸੈਟਿਸਫਾਈਡ ਨੇ, ਪਰ ਮਨੁੱਖ ਸੈਟਿਸਫਾਈ ਨਹੀਂ ਹੈ। ਉਹ ਕੁਦਰਤ ਦੇ ਵਿੱਚ ਇੱਕ ਅਜਿਹਾ ਜੀਵ ਹੈ ਜੋ ਮਨੁੱਖ ਬਣਨ ਲਈ ਜ਼ੋਰ ਲਾਉਂਦਾ, ਅਤੇ ਉਹ ਕਦੇ ਆਪਣੇ ਆਪ ਨੂੰ ਰੱਬ ਦੇ ਸਾਂਚੇ ਵਿੱਚ ਢਾਲਦਾ, ਕਦੇ ਦੇਵਤੇ ਦੇ ਵਿੱਚ, ਪਰੰਤੂ ਨਾ ਰੱਬ ਬਣਦਾ ਨਾ ਦੇਵਤਾ ਅਤੇ ਨਾ ਮਨੁੱਖ। ਅੱਗੇ ਦੁੱਖ ਸੁੱਖ ਵਾਲੇ ਸ਼ਬਦ। ਹਾਂਜੀ, ਮੈਨੂੰ ਉਹੀ ਸ਼ਬਦ ਬਖਸ਼ ਜਿਹੜੇ ਲੋਕਾਂ ਨਾਲ ਜੋੜਦੇ, ਰੁੱਠੇ ਸੱਜਣਾਂ ਦੀ ਬਾਂਹ ਫੜ ਕੇ ਘਰ ਲਿਆਉਂਦੇ। ਤਾਂ ਇਹ ਨਵਤੇਜ ਭਾਰਤੀ ਦੀ ਦੁੱਖ ਸੁੱਖ ਵਾਲੇ ਸ਼ਬਦ ਕਵਿਤਾ ਵਿੱਚੋਂ ਲਿਆ ਗਿਆ, ਅਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਪਰਮਾਤਮਾ ਤੋਂ ਉਹਨਾਂ ਸ਼ਬਦਾਂ ਦੀ ਮੰਗ ਕਰੀ ਹੈ ਜਿਹੜੇ ਆਲੇ ਦੁਆਲੇ ਦੇ ਵਿੱਚ ਪ੍ਰੇਮ, ਪਿਆਰ ਅਤੇ ਮੇਲ ਮਿਲਾਪ ਪੈਦਾ ਕਰਨ।
ਕਵੀ ਕਹਿੰਦਾ ਕਿ ਉਹਦੀ ਬੋਲੀ ਉਹ ਉਸਦੀ ਬੋਲੀ ਲਈ ਉਹ ਜਿਹੇ ਸ਼ਬਦ ਹੀ ਬਖਸ਼ੇ ਜਿਹੜੇ ਵਿਛੜੇ ਲੋਕਾਂ ਨੂੰ ਆਪਸ ਦੇ ਵਿੱਚ ਜੋੜ ਦੇਣ। ਰੁੱਸੇ ਹੋਏ ਸੱਜਣ ਉਹਨੂੰ ਬਾਂਹ ਫੜ ਕੇ ਘਰ ਲੈ ਆਉਂਦੇ ਨੇ ਅਤੇ ਮੁੜ ਪਿਆਰ ਦੀਆਂ ਤੰਦਾਂ ਵਿੱਚ ਬੰਨ ਦਿੰਦੇ ਨੇ। ਉਹ ਸ਼ਬਦ ਦੇ ਜਿਨ੍ਹਾਂ ਵਿੱਚ ਲੋਕ ਬਿਪਤਾਂ ਵੇਲੇ ਹਾਕ ਮਾਰ ਸਕਣ ਅਤੇ ਖੁਸ਼ੀ ਵੇਲੇ ਕਿਲਕਾਰੀ, ਉਹ ਸ਼ਬਦ ਦੇ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਇਕੱਲੇ ਨਾ ਰਹਿਣ। ਤਾਂ ਕਵੀ ਪਰਮਾਤਮਾ ਤੋਂ ਮੰਗ ਕਰਦਾ ਕਿ ਉਹਦੀ ਬੋਲੀ ਨੂੰ ਉਹ ਸ਼ਬਦ ਦੇਵੇ ਜਿਨ੍ਹਾਂ ਨਾਲ ਲੋਕ ਬਿਪਤਾ ਵਿੱਚ ਵੀ ਇੱਕ ਦੂਜੇ ਨੂੰ ਸਹਾਇਤਾ ਲਈ ਪੁਕਾਰ ਸਕਣ ਅਤੇ ਖੁਸ਼ੀ ਨੂੰ ਪ੍ਰਗਟ ਕਰ ਸਕਣ, ਖੁਸ਼ੀ ਨੂੰ ਪ੍ਰਗਟ ਕਰਨ ਲਈ ਕਿਲਕਾਰੀਆਂ ਮਾਰ ਸਕਣ, ਅਤੇ ਉਹ ਉਸਦੀ ਬੋਲੀ ਨੂੰ ਉਹ ਸ਼ਬਦ ਦੇਵੇ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਇਕੱਲੇ ਨਾ ਰਹਿਣ, ਸਗੋਂ ਹਰ ਸਮੇਂ ਆਪਣੇ ਆਪ ਨੂੰ ਆਪਣੇ ਵਿੱਚ ਘਿਰੇ ਮਹਿਸੂਸ ਕਰਨ। ਅੱਗੇ ਵਣ ਚੋਂ ਲੰਘਿਆ ਜਾਂਵਦਾ ਵਿਰਸ਼ ਨੇ ਫੜਿਆ ਹੱਥ, ਤੂੰ ਤਾਂ ਮੈਨੂੰ ਜਾਣਦਾ, ਤੂੰ ਮੇਰੀ ਗੱਲ ਦੱਸ। ਹੁਣ ਤੂੰ ਤਾਂ ਮੈਨੂੰ ਜਾਣਦਾ ਕਵਿਤਾ ਦੇ ਵਿੱਚੋਂ ਲਿਆ ਗਿਆ। ਇਹਦੇ ਵਿੱਚ ਕਵੀ ਨੇ ਕੁਦਰਤ ਦਾ ਮਾਨਵੀਕਰਨ ਕਰਦਿਆਂ ਸੰਸਾਰ ਭਰ ਦੇ ਵਿੱਚ ਫੈਲੇ ਪ੍ਰਦੂਸ਼ਣ ਦੇ ਸਿੱਟੇ ਵਜੋਂ ਜਿਹੜੀ ਤੇਜ਼ਾਬੀ ਵਰਖਾ ਕਾਰਨ ਬਨਸਪਤੀ ਦੇ ਵਿੱਚ ਜਿਹੜੇ ਵਿਕਾਰ ਪੈਦਾ ਹੋ ਰਹੇ ਨੇ ਉਹਦੇ ਨਾਲ ਡਾਢਾਪਣਾ ਦੁੱਖ ਪ੍ਰਗਟ ਕੀਤਾ। ਤਾਂ ਕਵੀ ਕਹਿੰਦਾ ਹੈ ਕਿ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਰੁੱਖ ਨੇ ਉਹਦਾ ਹੱਥ ਫੜ ਲਿਆ ਅਤੇ ਉਸਨੇ ਉਹਨੂੰ ਕਿਹਾ ਕਿ ਉਹ ਤਾਂ ਉਹਨੂੰ ਜਾਣਦਾ ਅਤੇ ਉਹ ਪਹਿਲਾਂ ਕੀ ਸੀ ਅਤੇ ਹੁਣ ਕਿਸ ਤਰ੍ਹਾਂ ਵਿਨਾਸ਼ਕਾਰੀ ਵਿਕਾਰ ਪੈਦਾ ਹੋ ਰਹੇ ਨੇ ਅਤੇ ਉਹਨੂੰ ਇਸਦਾ ਕਾਰਨ ਵੀ ਦੱਸ ਕੇ ਜਾਵੇ। ਬੂੰਦ ਬੂੰਦ 'ਚੋਂ ਵਰਸਦਾ ਗੰਧਕ ਅਤੇ ਤੇਜ਼ਾਬ, ਪੱਤਾ ਪੱਤਾ ਵੇਖਦਾ ਮੁੜ ਮੁੜ ਕੇ ਆਪਣੇ ਦਾਗ, ਸੁੱਕਿਆ ਕਰੰਗ ਚਿਘਾੜਦਾ ਚੁੱਕ ਚੁੱਕ ਝੁਲਸੀ ਬਾਂਹ, ਐਸੀ ਡੈਣ ਰੁੱਤ ਦਾ ਕਦੇ ਨਾ ਸੁਣਿਆ ਨਾ। ਤਾਂ ਕਵੀ ਕਹਿੰਦਾ ਕਿ ਜਦੋਂ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਰੁੱਖ ਨੇ ਉਹਦੀ ਬਾਂਹ ਫੜ ਕੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਹਨੂੰ ਦੱਸੇ ਕਿ ਇਹਦਾ ਕਾਰਨ ਕੀ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਆ। ਵਰਖਾ ਦੀ ਇੱਕ ਇੱਕ ਬੂੰਦ ਦੇ ਵਿੱਚ ਗੰਧਕ ਅਤੇ ਤੇਜ਼ਾਬ ਵਰ ਰਹੇ ਆ ਜਿਹਦੇ ਕਾਰਨ ਉਹਦਾ ਪੱਤਾ ਪੱਤਾ ਮੁੜ ਮੁੜ ਆਪਣੇ ਉੱਤੇ ਪੈ ਝੁਲਸੇ ਜਾਣ ਦੇ ਦਾਗ ਦੇਖ ਰਹੇ ਆ। ਇਹ ਤੇਜ਼ਾਬੀ ਵਰਖਾ ਦੇ ਵਿੱਚ ਸੜਕੇ ਸੁੱਕ ਚੁੱਕਾ ਉਹਦਾ ਪਿੰਜਰ ਆਪਣੀ ਝੁਲਸੀ ਬਾਂਹ ਚੁੱਕ ਚੁੱਕੇ ਕਹਿ ਰਹੇ ਆ ਕਿ ਉਹਨੇ ਕਦੀ ਇਹੋ ਜਿਹੀ ਡਾਇਨ ਰੁੱਤ ਨਹੀਂ ਸੀ ਸੁਣਿਆ, ਇਹ ਕਿੱਥੋਂ ਆ ਗਈ ਆ। ਕਰੰਗ ਹੋ ਗਿਆ ਪਿੰਜਰ, ਬਣ ਬਣ ਫਿਰਦੀ ਉਡੀਕਦੀ ਫੁੱਲ ਕਲੀਆਂ ਦੀ ਰੁੱਤ, ਤੂੰ ਤਾਂ ਮੈਨੂੰ ਜਾਣਦਾ, ਤੂੰ ਮੇਰੀ ਗੱਲ ਦੱਸ। ਹਾਂਜੀ, ਤਾਂ ਕਵੀ ਕਹਿੰਦਾ ਕਿ ਉਹ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਰੁੱਖ ਨੇ ਤੇਜ਼ਾਬੀ ਵਰਖਾ ਦੇ ਨਾਲ ਝੁਲਸੇ ਆਪਣੇ ਪੱਤਿਆਂ ਟਾਹਣੀਆਂ ਅਤੇ ਟਾਹਣਿਆਂ ਨੂੰ ਦਿਖਾਉਂਦੇ ਹੋਏ ਦੁਖੀ ਹੋ ਕੇ ਕਿਹਾ, ਫੁੱਲਾਂ ਅਤੇ ਕਲੀਆਂ ਨੂੰ ਲੈ ਕੇ ਆਉਣ ਵਾਲੀ ਬਹਾਰ ਦੀ ਰੁੱਤ ਬਣ ਦੇ ਵਿੱਚ ਘੁੰਮਦੀ ਆਪਣੇ ਸਮੇਂ ਨੂੰ ਉਡੀਕਦੀ ਰਹੀ ਆ, ਪਰ ਉਹਦੇ ਆਉਣ ਲਈ ਅਨੁਕੂਲ ਵਾਤਾਵਰਨ ਨਾ ਬਣਿਆ। ਇਸ ਕਰਕੇ ਉਹਨੂੰ ਦੱਸੇ ਕਿ ਇਹਦਾ ਕੀ ਕਾਰਨ ਹੈ, ਕਿਉਂਕਿ ਉਹ ਉਸਦੀ ਹਾਲਤ ਨੂੰ ਪੂਰੀ ਤਰ੍ਹਾਂ ਜਾਣਦਾ। ਕਣ ਕਣ ਜੀਭਾਂ ਲੱਗੀਆਂ, ਕਣ ਕਣ ਲੱਗੀ ਅੱਖ, ਐਪਰ ਰਚਨਾ ਬੋਲਦੀ ਕੀਤੀ ਤੇਰੇ ਬਸ, ਬੋਲਣ ਸਮੇਂ ਨਾ ਬੋਲਿਆ ਜੇ ਨਾ ਮਾਰੀ ਧਾ, ਰਹਿਸੀ ਤੇਰੇ ਫਰੇਬ ਦਾ, ਫਰੇਬ ਹੋ ਗਿਆ ਧੋਖਾ, ਫਰੇਬ ਦਾ ਇਹ ਅਸਮਾਨ ਗਵਾ, ਵਣ ਚੋਂ ਲੰਘਿਆ ਜਾਪਦਾ ਫੜਿਆ ਕਵੀ ਦਾ ਹੱਥ, ਤੂੰ ਤਾਂ ਮੈਨੂੰ ਜਾਣਦਾ, ਤੂੰ ਮੇਰੀ ਗੱਲ ਦੱਸ। ਹਾਂਜੀ, ਕਵੀ ਕਹਿੰਦਾ ਕਿ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਰੁੱਖ ਨੇ ਉਹਦਾ ਹੱਥ ਫੜ ਕੇ ਤੇਜ਼ਾਬੀ ਵਰਖਾ ਦੁਆਰਾ ਉਹਦੇ ਪੱਤਿਆਂ ਟਾਹਣੀਆਂ ਅਤੇ ਟਾਹਣੇ ਦੇ ਵਿੱਚੋਂ ਵਿਨਾਸ਼ਕਾਰੀ ਵਿਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਧਰਤੀ ਦਾ ਕਣ ਕਣ ਇਸ ਖਤਰਨਾਕ ਦੇ ਵਿਰੁੱਧ ਬੋਲ ਰਿਹਾ ਅਤੇ ਕਣ ਕਣ ਅੱਖ ਦਾ ਰੂਪ ਧਾਰ ਕੇ ਇਹਨੂੰ ਦੇਖ ਰਹੇ ਆ। ਅੱਜ ਸਾਰੀ ਸ੍ਰਿਸ਼ਟੀ ਰਚਨਾ ਆਪਣੇ ਵੱਸ ਕਰ ਲੈਣ ਦੀ ਗੱਲ ਕਰ ਰਹੇ ਆ, ਪਰ ਉਹ ਇਸ ਨੂੰ ਕਹਿ ਰਹੀ ਹੈ ਕਿ ਅੱਜ ਉਸਦਾ ਇਸ ਵਿਨਾਸ਼ਕਾਰੀ ਅਮਲ ਦੇ ਵਿਰੁੱਧ ਬੋਲਣ ਦਾ ਸਮਾਂ, ਜੇਕਰ ਉਹਨੇ ਇਸ ਵਿਰੁੱਧ ਧਾਣਾ ਮਾਰੀ ਤਾਂ ਕੱਲ੍ਹ ਨੂੰ ਆਸਮਾਨ ਉਹਦੇ ਇਸ ਧੋਖੇ ਭਰੇ ਅਮਲ ਦਾ ਗਵਾਹ ਬਣੂਗਾ ਅਤੇ ਉਹਨੂੰ ਦੋਸ਼ੀ ਠਹਿਰਾਊਗਾ। ਇਸ ਤਰ੍ਹਾਂ ਜੰਗਲ ਦੇ ਵਿੱਚੋਂ ਲੰਘਦੇ ਕਵੀ ਦਾ ਹੱਥ ਫੜ ਕੇ ਇੱਕ ਰੁੱਖ ਨੇ ਕਿਹਾ। ਹਾਂਜੀ, ਅੱਗੇ ਨੇ ਸ਼ੋਰਟ ਕੁਐਸਚਨਸ।
ਬਾਕੀ ਇਹ ਗਜ਼ਲ ਤੁਸੀਂ ਰੀਡ ਕਰ ਲੈਣਾ ਜੇ ਤੁਹਾਨੂੰ ਟਾਈਮ ਤੁਹਾਨੂੰ ਲੱਗੇ ਇੱਕ ਵਾਰ, ਸੁਖਵਿੰਦਰ ਅੰਮ੍ਰਿਤ ਦੀਆਂ। ਬਾਕੀ ਫਸਟ 5 ਦੇ ਵਿੱਚੋਂ ਆ ਜਾਣਾ, ਬੜੀ ਨਰਮ ਪੱਤੀਆਂ ਤੂਫਾਨ ਦੀ, ਠੀਕ ਹੈ। ਇਹ 2022 ਦੇ ਵਿੱਚ ਆਇਆ ਹੋਇਆ, ਰੀਡ ਕਰ ਲੈਣਾ ਇੱਕ ਵਾਰ। ਥੈਂਕਸ।